ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ, ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਫਾਰਮਿੰਗ ਸਿਮੂਲੇਟਰ ਦੀ ਵੀਡੀਓ ਦੇ ਵਿੱਚ। ਆਈ ਨੋ ਪਿਛਲੇ ਐਤਵਾਰ ਵੀਡੀਓ ਨਹੀਂ ਪਾਈ, ਲੇਟ ਹੋ ਗਏ। ਓਏ ਹੋਏ, ਕੰਟਰੋਲਰ ਵੀ ਨਹੀਂ ਚਾਰਜ ਕੀਤਾ ਮਿੱਤਰੋ। ਚਲੋ ਕੋਈ ਨਾ, ਕੀਬੋਰਡ ਨਾਲ ਖੇਡ ਲਾਂਗੇ, ਕਿਹੜਾ ਕੰਟਰੋਲਰ ਨਾਲ ਦੀ ਖੇਡਦੇ ਸੀ, ਹੈ ਕਿ ਨਹੀਂ। ਸੋ ਕੀ ਹਾਲ ਚਾਲ ਨੇ ਮਿੱਤਰੋ, ਹੋਪ ਤੁਸੀਂ ਘੈਂਟ ਹੋਵੋਗੇ, ਪੂਰੇ ਓਕੇ ਹੋਵੋਗੇ। ਫਾਰਮਿੰਗ ਸਿਮੂਲੇਟਰ ਦੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮਿੱਤਰੋ ਆਲੂ ਕਹਿੰਦੇ ਪੱਟਣੇ ਆ, ਹਾਰਵੈਸਟ ਕਰਨੇ ਆ। ਇੱਕ ਆਪਣੀ ਆਹ ਮਸ਼ੀਨ ਵੀ ਆ, ਇਹ ਤੁਹਾਨੂੰ ਜਸਟ ਮਤਲਬ ਚਲਾ ਕੇ ਰਖਾ ਦਾਂਗੇ, ਠੀਕ ਹੈ ਜੀ। ਇਹਦੇ ਨਾਲ ਕੰਮ ਛੇਤੀ ਨਿਬੜਨਾ ਨੀਗਾ। ਤੇ ਆਹ ਦੇਖੋ ਟਰਾਲਾ, ਆਪਣਾ ਪੁਰਾਣਾ ਟਰਾਲਾ ਲਿਆਂਦਾ ਵਾਪਸ, ਤੇ 855 ਆਪਣਾ। ਕਿਆ ਬਾਤ ਹੈ, ਕਿਆ ਬਾਤ ਹੈ, ਟਰਬੋ ਟਰਬੋ ਲੱਗ ਗਈ ਸੀ ਪਿਛਲੀ ਵੀਡੀਓ ਦੇ ਵਿੱਚ, ਤੁਸੀਂ ਦੇਖ ਹੀ ਲਈ ਸੀ ਪਾਵਰ ਪੂਵਰ। ਤੇ ਅੱਜ ਫਿਰ ਇਹਨਾਂ ਦੀ ਟਰਾਲੇ ਦੇ ਪਾਵਰ ਪਤਾ ਲੱਗੂ, ਕਿਉਂਕਿ ਬਈ ਮਸ਼ੀਨ ਵੱਡੀ ਲਿਆਂਦੀ ਆਪਾਂ ਲਿਆਜੀਆਂ ਤੋਂ ਕਿਰਾਏ ਤੇ। ਆਹ ਮਸ਼ੀਨ ਚੈੱਕ ਕਰੋ ਮਿੱਤਰੋ, ਕਿਆ ਬਾਤ ਹੈ ਬਈ, ਕਿਆ ਬਾਤ ਹੈ। ਇਹਦੇ ਵਿੱਚ ਮਿੱਤਰੋ ਆਲੂ ਜਮਾਂ ਓਕੇ ਹੋ ਗਏ, ਜਦੋਂ ਇਹਦਾ ਇੱਥੇ ਬੋਕਸ ਜਿਹਾ ਬਣਿਆ ਵਾ ਉਹ ਭਰ ਜਿਆ ਕਰੂਗਾ, ਠੀਕ ਹੈ। ਬੋਕਸ ਨੂੰ ਪਤਾ ਨਹੀਂ ਕੀ ਕਹਿੰਦੇ, ਉਹਨੂੰ ਦਿਮਾਗ 'ਚ ਨਹੀਂ ਆਉਂਦਾ ਪਿਆ। ਜਦੋਂ ਭਰ ਜਿਆ ਕਰੂਗਾ ਉਦੋਂ ਟਰਾਲੀ 'ਚ ਕੀ ਕਹਿੰਦੇ ਹੁੰਦੇ ਆਪਾਂ ਪਵਾ ਲਿਆ ਕਰਾਂਗੇ। ਬਈ ਕਿਆ ਤਕੜੀ ਮਸ਼ੀਨ ਆ, ਤੇ ਤੁਹਾਨੂੰ ਪੁਰਾਣਾ ਆਪਣਾ ਪੰਜਾਬੀ ਤਰੀਕਾ ਵੀ ਦਿਖਾ ਦਾਂਗੇ ਮਾੜਾ ਜਿਹਾ, ਠੀਕ ਹੈ ਜੀ। ਆਲੂ ਪੱਟ ਕੇ ਉਹ ਮਸ਼ੀਨ ਨਾਲ ਵੀ ਦਿਖਾ ਦਿੰਦੇ ਆ। ਸੋ ਚੱਲਦੇ ਆ ਮਿੱਤਰੋ ਖੇਤ, ਮਿੰਟੋ ਮਿੰਟੀ ਪਹੁੰਚ ਕੇ ਤੇ ਵੇਖੀਏ ਕੀ ਬਣਦਾ। ਸੋ ਮਿੱਤਰੋ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗਾ, ਸਬਸਕ੍ਰਾਈਬ ਕਰ ਲਓ ਬਈ ਆਪਣੇ ਚੈਨਲ ਨੂੰ। ਤੁਸੀਂ ਸਬਸਕ੍ਰਾਈਬ ਨਹੀਂ ਕਰਦੇ, ਉਹ ਤੇਰੀ ਆਹ ਕੀ ਹੋਇਆ ਓਏ, ਆਹ ਕੀ ਹੋਇਆ, ਟਰੈਕਟਰ ਅੱਗਾ ਚੱਕ ਗਿਆ ਮਿੱਤਰੋ, ਪਤਾ ਹੀ ਨਹੀਂ ਲੱਗਿਆ। ਸੌਰੀ 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 ਗਾਈਸ, ਇਹ ਕੀ ਹੋਈ ਜਾਂਦਾ। ਚਲੋ ਹੌਲੀ ਹੌਲੀ ਚੱਲਦੇ ਆ ਮਿੱਤਰੋ, ਹੌਲੀ ਹੌਲੀ ਚੱਲਦੇ ਆ। ਲਓ ਵੀ ਮਿੱਤਰੋ ਲਾ ਲਈਏ ਕਰਾਸ ਕਰੂਸ, ਲਓ ਬਈ ਮਿੱਤਰੋ ਕਰਾਸ ਲੱਗ ਗਿਆ। ਕਰੀਏ ਮਸ਼ੀਨ ਥੋੜ੍ਹੀ ਨੀਵੀਂ ਚਾਲੂ ਕਰੀਏ ਅਤੇ ਦੇਖਦੇ ਹਾਂ ਮਿੱਤਰੋ ਕਿਵੇਂ ਚੱਲਦੀ ਆ ਇਹ। ਲੈ ਬਈ ਮਿੱਤਰਾ ਹੁਣ ਆਲੂ ਦੇਖੋ ਮਿੱਤਰੋ, ਆਲੂ ਇਹ ਆਏ ਪੜਦੀ ਹੈ, ਅਤੇ ਜਿਹੜੀ ਉਹ ਮਸ਼ੀਨ ਆ ਉਹ ਮਿੱਤਰੋ ਛਾਂਟ ਕੇ ਆਲੂ ਜਿਹੜੇ ਪੂਰੇ ਵਧੀਆ ਵਧੀਆ ਹੁੰਦੇ ਆ ਉਹ ਮੈਂ ਕਹਿੰਦਾ ਜਮਾਂ ਹੀ ਸਾਰਾ ਕੁਛ ਹੀ ਇੱਕ ਮਸ਼ੀਨ ਦੇ ਵਿੱਚ ਹੀ ਸਾਰਾ ਕੁਛ ਹੈ, ਠੀਕ ਹੈ। ਇਹਦੇ ਨਾਲ ਆਪਣੀ ਕਿੰਨੀ ਲੇਬਰ ਬਚਦੀ ਆ ਬੰਦੇ, ਮਤਲਬ ਜਿੰਨੇ ਚੱਕਣ ਆਉਣਗੇ ਆਲੂ ਹੋਰ ਲਟਰਮ ਪਟਰਮ, ਸੋ ਕਿੰਨਾ ਕੰਮ ਬਚਦਾ। ਧੂੜ ਮਿੱਟੀ ਬਾਹਲੀ ਨਹੀਂ ਉੜਦੀ ਯਾਰ। ਚਲੋ ਕੋਈ ਨਾ ਮਿੱਤਰੋ, ਫਿਰ ਮਿੱਟੀ ਸੁੱਕੀ ਆ ਥੋੜ੍ਹੀ ਜਿਹੀ। ਆਲੂ ਚੈੱਕ ਕਰਦੇ ਆਪਾਂ ਥੱਲੇ, ਆਹ ਦੇਖੋ ਆਲੂਆਂ ਦੀ ਮਿੱਤਰੋ ਢੇਰੀ ਲੱਗ ਗਈ, ਅਤੇ ਇਹਨੂੰ ਆਪਾਂ ਐਂ ਕਰਦੇ ਹਾਂ ਟਰੈਕਟਰ ਨੂੰ ਲਾਉਂਦੇ ਹਾਂ ਸਾਈਡ 'ਤੇ। ਸੋ ਆਹ ਮਸ਼ੀਨ ਨਾਲ ਮਿੱਤਰੋ ਆਪਣਾ ਕੰਮ ਨਿਬੜਨਾ ਨਹੀਂ, ਤਾਂ ਕਰਕੇ ਮੈਂ ਦੂਜੀ ਲੈ ਕੇ ਆਉਣ ਲੱਗਾ ਮਸ਼ੀਨ ਵੱਡੀ। ਅਤੇ ਵੱਡੀ ਮਸ਼ੀਨ ਮਿੱਤਰੋ ਜਦੋਂ ਹੈਗੀ ਆਪਾਂ ਨਵੇਂ ਸੰਦ ਵੀ ਤਾਂ ਵੇਖਣੇ ਆ, ਉਹੀ ਪੁਰਾਣੀ ਟੈਕਨੋਲੋਜੀ ਜੀ ਥੋੜ੍ਹੋ ਬੈਠੇ ਰਹਾਂਗੇ। ਸੋ ਭੱਜ ਕੇ ਚੱਲਦਾ ਮੈਂ ਖੇਤ 'ਤੇ ਲੈ ਕੇ ਆਉਂਦਾ। ਸੋ ਇੱਕ ਚੀਜ਼ ਤੁਹਾਨੂੰ ਸਾਰਿਆਂ ਨੂੰ ਕਹਿਣੀ ਸੀ ਕਿ ਸਬਸਕ੍ਰਾਈਬ ਕਰ ਲਓ ਆ ਚੈਨਲ ਨੂੰ, ਪਹਿਲਾਂ ਵੀ ਕਹਿਤਾ ਬਈ ਮੈਂ, ਠੀਕ ਹੈ। ਅਤੇ ਆਪਣਾ ਦੂਜਾ ਚੈਨਲ ਲਾਈਵ ਸਟਰੀਮ ਵਾਲਾ ਐਚ ਜੀ ਗੇਮਿੰਗ, ਠੀਕ ਹੈ ਜੀ। ਉਹਦਾ ਮੇਰਾ ਨਾਂ ਕਦੇ ਕਦੇ ਜੀ ਕਰਦਾ ਕਿ ਐਚ ਜੀ ਲਾਈਵ ਹੀ ਰੱਖਦਾ ਉਹਦਾ ਨਾਂ, ਫਿਰ ਮੈਂ ਕਹਿੰਦਾ ਚੱਲ ਗੇਮਿੰਗ ਹੀ ਰਹਿਣ ਦੇਗੇ, ਪਤਾ ਨਹੀਂ ਕਿਉਂ ਮਿੱਤਰੋ ਮੇਰੇ ਦਿਮਾਗ 'ਚ ਘੁੰਮਦਾ ਰਹਿੰਦਾ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਕੀ ਰੱਖੀਏ, ਕਿਉਂਕਿ ਉੱਤੇ ਜ਼ਿਆਦਾ ਲਾਈਵ ਵੀ ਆਪਾਂ ਕਰਦੇ ਹਾਂ, ਵੀਡੀਓ ਤੱਕ ਉੱਤੇ ਕਦੇ ਪਾਈ ਨਹੀਂ, ਪਹਿਲਾਂ ਪਾਉਂਦੇ ਹੁੰਦੇ ਸੀਗੇ। ਅਤੇ ਉਸ 'ਤੇ ਡੇਲੀ ਮਿੱਤਰੋ GTA 5 RP ਦੀ ਸਟਰੀਮ ਹੁੰਦੀ ਹੁੰਦੀ ਆ ਬਾਈ, ਫੁੱਲ ਫਨ, ਮੈਂ ਕਹਿੰਦਾ ਫੁੱਲ ਨਜ਼ਾਰਾ। 9 pixel ਦੇ ਵਿੱਚ, 9 pixel ਇੰਡੀਆ ਵਾਲਾ ਸਰਵਰ ਆ ਜਿਹੜਾ। ਅਤੇ ਪਲੀਜ਼ ਬਾਈ ਆਓ ਅਤੇ ਦੇਖੋ ਸਟਰੀਮ, 5-5, 6-6 ਘੰਟੇ ਚੱਲਦੀ ਆ, ਇਹ ਨਜ਼ਾਰਾ ਵੱਜਿਆ ਵਾ ਹੁੰਦਾ ਮਿੱਤਰੋ ਫੁੱਲ। ਅਤੇ ਆਇਓ, ਹਾਈਲਾਈਟ ਵੀ ਪਾਵਾਂਗੇ ਆਪਾਂ ਇਸ ਚੈਨਲ 'ਤੇ, ਅਤੇ ਉਹਨੂੰ ਸਪੋਰਟ ਜ਼ਰੂਰ ਕਰਿਓ ਬਾਈ, ਠੀਕ ਹੈ। ਜੋ ਆਪਾਂ ਹਾਈਲਾਈਟ ਪਾਵਾਂਗੇ ਨਾ ਇੱਕ ਅੱਧਾ ਪਾ ਕੇ ਦੇਖਦੇ ਐਕਸਪੈਰੀਮੈਂਟ ਨਾਲ, ਜੇ ਤੁਹਾਨੂੰ ਵਧੀਆ ਲੱਗਿਆ ਤਾਂ ਹੋਰ ਵੀ ਪਾਵਾਂਗੇ, ਠੀਕ ਹੈ ਜੀ। ਸੋ ਮਿੱਤਰੋ ਮਸ਼ੀਨ ਦਾ ਤੁਹਾਨੂੰ ਸਹਿਜ ਦੇਖ ਕੇ ਹੀ ਪਤਾ ਲੱਗਦਾ ਹੋਊ ਕਿ ਘੋੜੇ ਟਰਾਲੇ ਵਰਗੀ ਆ ਬਾਈ। ਬਾਈ ਇਹਦੇ ਟਾਇਰ ਦੇਖੋ, ਆਹ ਜਿਹੜੇ ਵੱਡੇ ਵੱਡੇ ਟਾਇਰ ਆ ਟਰੈਕਟਰ ਵਾਲੇ 4, ਇਹ ਤਾਂ ਹੈਗੇ ਆ ਜ਼ੋਰ ਮਾਰਨ ਵਾਲੇ, ਫਿਰ ਇਹ ਵਿੱਚੋਂ ਟਰਨ ਹੁੰਦੀ ਆ ਵਿਚਾਲੋ ਮਸ਼ੀਨ, ਠੀਕ ਹੈ ਜੀ। ਫਿਰ ਆ ਥੱਲੇ ਵੀ ਛੋਟੇ ਛੋਟੇ ਟਾਇਰ ਲੱਗਿਆ, ਓਏ ਹੋਏ ਤੁਹਾਨੂੰ ਟਾਇਰ ਦਿਖਾਉਂਦੇ ਦਿਖਾਉਂਦੇ ਠੋਕਤੀ ਸੀ, ਅਤੇ ਵਿੱਚੋਂ AC ਕੈਬਨ ਆਇਆ, ਮਤਲਬ ਨਾ ਜਦੋਂ ਉੱਥੇ ਮੈਂ ਤੁਹਾਨੂੰ ਦਿਖਾਊਂਗਾ। ਇਹ ਸਹੀ ਮਨੇ ਆਪਾਂ ਨੂੰ ਪੱਤੇ ਵੀ ਨਹੀਂ ਵੱਢਣ ਦੀ ਲੋੜ ਹੁੰਦੀ ਇਹ ਮਸ਼ੀਨ ਨਾਲ, ਇਹ ਪੱਤੇ ਵੀ ਖੁਦ ਵੱਢਦੀ ਆ, ਪਤਾ ਨਹੀਂ ਆਪਣੀ ਇੱਥੇ ਚੱਲੂਗੀ ਕਿ ਨਹੀਂ ਹੁਣ। ਚਲੋ ਮੈਂ ਤਾਂ ਕਹਿੰਦਾ ਬਈ ਚੱਲ ਜੇ ਆਪਣੀ ਮਸ਼ੀਨ ਸੈੱਟ ਫੇਰ ਹੀ ਲੱਗੂਗੀ ਬਾਈ, ਕਿਉਂਕਿ ਪੱਤੇ ਵੀ ਨਹੀਂ ਆਪਾਂ ਵੱਢਣੇ ਸੀ ਜੇ ਆਹ ਮਸ਼ੀਨ ਚਲਾਉਣੀ ਆ ਤਾਂ। ਸੋ ਸਾਰਿਆਂ ਨਾਲ ਪਹਿਲਾਂ ਮਿੱਤਰੋ ਕਰਦੇ ਆ ਅਨਫੋਲਡ, ਦੇਖੋ ਕਹਿੰਦੇ ਖੰਭ ਜੇ ਖੋਲਦੀ ਆ ਮਸ਼ੀਨ ਬਈ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ। ਕਨਵੇਅਰ ਬੈਲਟਾਂ ਹੁੰਦੀਆਂ ਨਾ ਮਿੱਤਰੋ, ਕਨਵੇਅਰ ਬੈਲਟ ਹੁੰਦੀ ਹੈ ਕਿ ਇੱਕ ਇੱਥੋਂ ਸਮਾਨ ਰੱਖ ਕੇ ਦੂਜੀ ਥਾਂ ਲੈ ਕੇ ਜਾਂਦੀ ਜਿਹੜੀ ਚੀਜ਼, ਉਹ ਚੀਜ਼ਾਂ ਇਹਦੇ 'ਚ ਵਾਧੂ ਆ। ਦੇਖੋ ਡਬਲ ਡਬਲ ਕਨਵੇਅਰ ਬੈਲਟ ਆ, ਇਹ ਆਹ ਖੁੱਲ੍ਹ ਗਿਆ, ਇਹਦੇ ਨਾਲ ਹੀ ਮਿੱਤਰੋ ਸ਼ਕਰ ਗੰਦੀ ਪੱਟੀ ਜਾਂਦੀ ਆ।
ਤੇ ਲੈਫਟ ਕਰੀਏ ਥੱਲੇ, ਚਾਲੂ ਕਰੀਏ। ਲੈ ਬਈ ਮਿੱਤਰਾ ਲੈ ਕੇ ਬਾਬੇ ਦਾ ਨਾਂ, ਚੱਲ ਪੀ, ਚੱਲ ਪੀ ਲੱਗਦਾ, ਚੱਲ ਪੀ ਕਿ ਨਹੀਂ ਚੱਕਦੀ ਆਲੂ ਕਿ ਨਹੀਂ, ਨਹੀਂ ਚੱਕਦੀ ਆਲੂ ਹੈ ਨਾ, ਨਹੀਂ ਚੱਕਦੀ। ਆਪਾਂ ਮਿੱਤਰੋ ਪੱਤੇ ਨਹੀਂ ਵੱਢਣੇ ਸੀ ਮੇਰੇ ਹਿਸਾਬ ਨਾਲ, ਨਹੀਂ 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 ਕਰਦੀ ਆ ਕੰਮ ਮਿੱਤਰੋ, ਕਰਦੀ ਆ ਕੰਮ। ਮੈਨੂੰ ਲੱਗਿਆ ਸੀ ਕਿਤੇ ਪੱਤੇ ਵੱਢਣੇ, ਐ ਇੱਥੇ ਰੱਖ ਬੱਲੇ ਤੇਰੇ ਵੜ ਗਈ ਗੱਲ। ਅਤੇ ਜਦੋਂ ਮਿੱਤਰੋ ਇਹ ਭਰ ਗਿਆ ਠੀਕ ਆ ਮਗਰੋਂ ਡੱਬਾ, ਉਦੋਂ ਆਪਾਂ ਇਹਨੂੰ ਖੋਲ੍ਹਣਾ ਵਾ ਠੀਕ ਆ ਜੀ। ਥੱਲੇ ਲਾਉਣੀ ਆ ਟਰਾਲੀ, ਅਤੇ ਟਰਾਲੀ ਦੇ ਵਿੱਚ ਸਾਰੇ, ਇਹ ਸਰਾ ਮਾਹੌਲ ਹੋ ਜਾਣਾ ਕਹਿੰਦੇ ਮੇਰੇ ਵੀਰੇ। ਆਪਾਂ ਚਲਾਉਂਦੇ ਹਾਂ 5 ਮਿੰਟ, ਉਦੋਂ ਬਾਅਦ ਇੱਥੇ ਡਰਾਈਵਰ ਲਾ ਦੇਣਾ। ਦੇਖੋ ਬਈ ਕੰਪਿਊਟਰ ਲੱਗਾ ਵਿੱਚ ਪੂਰਾ, ਸਾਰਾ ਕੁਛ ਆਟੋਮੈਟਿਕ, ਕੈਮਰੇ ਲੱਗੇ ਆ ਕੈਮਰਿਆਂ ਦੇ ਵਿੱਚ, ਦੀਂਦਾ ਕੀ ਹੋਈ ਜਾਂਦਾ, ਡੈੱਕ ਡੁੱਕ ਏ ਸੀ ਯੂ ਸੀ, ਆਏ ਹਾਏ 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 ਨਜ਼ਾਰਾ ਹੀ ਆ। ਸਾਰਾ ਉਹ ਕੰਮ ਹੀ ਨਿਬੜ ਗਿਆ ਕਿ ਬੰਦੇ ਲੈ ਕੇ ਉਹ ਛੱਡ ਗਏ ਉਹ। ਪਰ ਦੇਖੋ ਮਿੱਤਰੋ, ਇਹੋ ਜਿਹੀਆਂ ਮਸ਼ੀਨਾਂ ਜੇ ਆਪਣੇ ਪੰਜਾਬ 'ਚ ਆਉਣਗੀਆਂ ਜ਼ਰੂਰ ਖੇਤੀਬਾੜੀ ਤਰੱਕੀ ਹੋਊ, ਪਰ ਕਈਆਂ ਦੇ ਤੁਹਾਨੂੰ ਪਤਾ ਕੰਮ ਆਪਣੇ ਕਰਕੇ ਹੀ ਚੱਲ ਹੁੰਦੇ ਆ। ਮਤਲਬ ਇੱਕ ਤਾਂ ਹੁੰਦਾ ਕਿ ਬੰਦਾ ਇੱਕ ਕਿਸਾਨ ਆ ਠੀਕ ਆ, ਦੂਜਾ ਬੰਦਾ ਜਿਹੜਾ ਮਜ਼ਦੂਰ ਖੇਤ 'ਚ ਕੰਮ ਕਰਨ ਵਾਲਾ, ਉਹ ਕਿੱਥੇ ਜਾਊਗਾ ਫਿਰ ਠੀਕ ਹੈ। ਸੋ ਇਹ ਜਿਹੀਆਂ ਚੀਜ਼ਾਂ ਬਾਹਰ ਹੀ ਸੋਹਣੀਆਂ ਲਾ ਦੇਗਾ ਸਹੀ ਮਣੇ ਦੇਖਿਆ ਜਾਵੇ ਤਾਂ। ਅਤੇ ਨਾਲੇ ਮਿੱਤਰੋ ਪੂਰੀ ਜੋਇਸਟ੍ਰਿਕ ਵਾਲੀ ਮਸ਼ੀਨ ਆ ਬਾਈ, ਚੈੱਕ ਕਰੋ, ਜੋਇਸਟ੍ਰਿਕ ਨਾਲ ਹੀ ਚੱਲਣੀ ਇਹ, ਬਾਕੀ ਹੋਰ ਗੇਅਰ ਗੂਰ ਕੋਈ ਨਹੀਂ। ਅਤੇ ਸਪੀਡ ਵੀ ਵੇਖੋ ਮਿੱਤਰੋ, ਸਪੀਡ ਵੀ ਮੈਂ ਕਹਿੰਦਾ ਬਾਈ ਉੱਡੀ ਜਾਂਦੀ ਆ ਮਸ਼ੀਨ ਤਾਂ ਇੰਨੀ ਤੇਜ਼ੀ ਨਾਲ। ਅਤੇ ਮੈਂ ਕਹਿੰਦਾ ਇੱਥੇ ਲਾ ਦੇਈਏ ਹੁਣ ਆਪਾਂ ਡਰਾਈਵਰ, ਮਸ਼ੀਨ ਦੇਖ ਲਈ ਆਪਾਂ ਸਾਰੀ, ਇਹਦੇ ਵਿੱਚ ਦੀ ਆਲੂ ਉਲੂ ਤਾਂ ਜਾਈ ਜਾਂਦੇ ਆ, ਛਾਂਟੇ ਮਾਰੀ ਜਾਂਦਾ ਆਲੂਆਂ ਦੀ, ਅਤੇ ਆਲੂ ਮੈਂ ਕਹਿੰਦਾ ਓਕੇ ਹੋਏ ਪਏ ਆ। ਆਹ ਦੇਖੋ ਆ ਖੂੰਜਾ ਜਿਹਾ ਛੱਡਤਾ ਹੁਣ ਮੈਂ, ਕਿਉਂਕਿ ਮੈਨੂੰ ਇਹ ਚਲਾਉਣੀ ਨਹੀਂ ਆਉਂਦੀ, ਹੁਣ ਡਰਾਈਵਰ ਚਲਾਊਗਾ, ਡਰਾਈਵਰ ਸਿਰਾ ਕਰਾਊਗਾ। ਲੈ ਬਈ ਮਿੱਤਰਾ ਖਿੱਚ ਦੇ ਕੰਮ ਹੈ, ਮੈਂ ਉਹ ਟਰੈਕਟਰ ਵੀ ਲੈ ਕੇ ਮਾੜਾ ਇਹ ਪਾਸੇ ਲਾ ਦਈਏ ਮਿੱਤਰੋ ਆਪਣਾ। ਆਓ ਵੇਖੋ ਮਿੱਤਰੋ, ਉਹਨੂੰ ਆਉਂਦੀ ਹੈ ਨਾ ਡਰਾਈਵਰੀ, ਫਿਰ ਆਪਾਂ ਮਿੱਤਰੋ ਮਸ਼ੀਨ ਜਿਹੜੀ ਚੀਜ਼ ਚਲਾਈ ਨਹੀਂ ਆਪਾਂ ਕਦੇ, ਫਿਰ ਉੱਥੇ ਐਵੇਂ ਆਪਾਂ ਕਦੋਂ ਗਰੂਰ ਜਿਹਾ ਕਰੀ ਜਾਣਾ ਕਿ ਮੈਂ ਚਲਾਊਂ ਚਾਚਾ ਜੀ, ਮੈਂ ਚਲਾਊਂ। ਫਸਲ ਆਪਣੀ ਇੰਨੇ ਟਾਈਮ ਬਾਅਦ ਆਈ ਆ ਸਾਰੀ, ਖਰਾਬ ਥੋੜ੍ਹੋ ਕਰਨੀ ਆ। ਓਏ 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 ਟਾਇਰਾਂ 'ਚ ਹੀ ਮਿੱਤਰੋ ਬਲਾਂਸ ਲਿਪ ਦਿੰਦਾ ਹੁਣ ਤਾਂ। ਆਹ ਵੇਖੋ ਲੈ, ਉੱਤੋਂ ਪੱਤੇ ਜੇ ਵੜਤੇ ਮਿੰਟ 'ਚ ਹੀ, ਨਾਲੇ ਮੈਂ ਕੋਈ ਵੱਧ ਰੇਸ 'ਤੇ ਨਹੀਂ ਕਲਾਚ ਛੱਡਿਆ, ਨੋਰਮਲ ਚਲਾ ਰਿਹਾ ਟਰੈਕਟਰ ਨੂੰ। ਚਲੋ ਇਹਨੂੰ ਤਾਂ ਲਾ ਦਿੰਦੇ ਆਪਾਂ ਪਾਸੇ, ਅਤੇ ਦੂਜਾ ਟਰੈਕਟਰ ਲੈ ਕੇ ਆਉਂਦੇ ਹਾਂ ਮਿੱਤਰੋ, ਅਤੇ ਉਹਦੇ ਨਾਲ ਤਾਂ ਕਹਿੰਦੇ ਸਿਰਾ ਹੀ ਹੋਜੂ, ਅਤੇ ਬਾਕੀ ਕਣਕ ਵੀ ਮਿੱਤਰੋ ਅਗਲੀ ਵੀਡੀਓ ਦੇ ਵਿੱਚ ਮੇਰੇ ਸਾਰਾ ਕਣਕ ਵੱਢੀ ਜਾਊਗੀ। ਲਓ ਵੀ ਮਿੱਤਰੋ ਮਾਰਤੀ ਸੈਲਫ ਆਪਣੇ ਪੁਰਾਣੇ 855 ਦੀ, ਕਿਆ ਬਾਤ ਹੈ ਕਿਆ ਬਾਤ ਹੈ। RPM ਵਾਲੀ ਸੂਈ ਵੇਖੋ ਵੱਧਦੀ ਬਾਈ, ਜਦੋਂ ਦੀ ਟਰਬੋ ਲਾਈ ਆ ਮਾੜੇ ਜਿਹੇ ਨਾਲ ਹੀ ਰੇਤ ਫੜ ਜਾਂਦਾ ਯਾਰ, ਕਿਆ ਬਾਤ ਹੈ ਬਾਈ। ਝੋਟਾ ਹੀ ਆ ਮਿੱਤਰੋ ਇਹ ਵੀ ਟਰੈਕਟਰ, ਉਹਦੇ ਪਾਸੇ ਪੀ 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 ਮਾਰ ਕੇ ਵੇਖੀ ਇਹਦੀ ਪੀ ਮਿੱਤਰੋ, ਸੱਚੀ ਬਾਈ ਪੀ ਤਾਂ ਸੱਚੀ ਪੀ ਲੱਗੀ ਹੈ ਇਹਦੇ ਬਾਈ। ਰੀਜਨਲ ਸਵਰਾਜ ਵਾਲਾ ਹਾਰਨੇ ਐਜਾ ਹੀ ਹੁੰਦਾ ਵਾ, ਅਕਸਰ ਪਾ ਤਾਂ ਹੋਵੇ ਪੀ ਪੀ ਦਾ ਤਾਂ ਸਾਡਾ ਹੋਰ ਹੀ ਸਵਾਦ ਹੀ ਨਹੀਂ ਆਉਂਦਾ। ਚਲੋ ਕੋਈ ਚੱਕਰ ਨਹੀਂ ਮਿੱਤਰੋ, ਟਰੈਕਟਰ ਚੈੱਕ ਕਰੋ ਤੁਸੀਂ ਯਾਰ, ਪੁਰਾਣਾ 855 ਅੱਜ ਦੇਖਦੇ ਆ ਟਰਾਲੀ 'ਤੇ ਜ਼ੋਰ ਮਾਰਦਾ ਕਿ ਨਹੀਂ। ਬਹੁਤ ਜਣਿਆਂ ਨੇ ਕਮੈਂਟ ਕੀਤੇ ਵੀ ਟਰਾਲੀ 'ਤੇ ਜ਼ੋਰ ਮਰਵਾਓ, ਮੈਂ ਕਿਹਾ ਟਰਾਲੀ 'ਤੇ ਤਾਂ ਜ਼ੋਰ ਮਰਵਾਉਣਾ ਹੀ ਹੈ, ਨਾਲ ਨਾਲ ਕੰਮ ਵੀ ਹੋਜੂ, ਆਲੂ ਵੀ ਆਪਾਂ ਪੱਟਣਾ ਹੀ ਹੈ। ਅਤੇ ਅਗਲੀ ਵੀਡੀਓ 'ਚ ਵੀ ਮੈਂ ਕਹਿੰਦਾ ਜ਼ੋਰ ਹੀ ਵੱਜਣਾ, ਕਿਉਂਕਿ ਕਣਕ ਕੁਣਕ ਦੀ ਭਰ ਕੇ ਜਦੋਂ ਇਹ ਟਰੈਕਟਰਾਂ ਦਾ ਡਾਂਟ ਪੈਣਾ, ਨਵੇਂ ਦਾ ਫਿਰ ਪੁਰਾਣੇ ਦਾ ਫਿਰ ਉੱਦੂ ਪੁਰਾਣੇ ਦਾ, ਹੈ ਕਿ ਨਹੀਂ, ਸਵਾਦ ਆਊਗਾ ਮਿੱਤਰੋ। ਸਾਰੇ ਮਾਡਲ ਹੈਗੇ ਆਪਣੇ ਕੋਲ। ਆਹ ਦੇਖੋ ਇਹ ਥੋੜ੍ਹਾ ਹੋਰ ਹਿਸਾਬ ਨਾਲ ਗੇੜੇ ਲਾਉਂਦਾ ਪਿਆ ਮੇਰੇ ਸਾਹਮਣੇ, ਇੱਧਰ ਕੰਨੀ 'ਤੇ ਬਾਅਦ 'ਚੋਂ ਲਾਊਗਾ। ਸੋ ਆਪਾਂ ਕਰਦੇ ਹਾਂ ਵੇਟ ਇਹਦੀ, ਅਤੇ ਕਦੋਂ ਮਾਰਦਾ ਹਾਰਨ। ਸੋ ਮਿੱਤਰੋ ਜਿੰਨਾ ਟਾਈਮ ਉੱਧਰ ਆਲੂਆਂ ਉਲੂਆਂ ਦਾ ਕੰਮ ਚੱਲਦਾ ਪਿਆ, ਅਤੇ ਆਪਾਂ ਨਾ ਵੱਡੀ ਮਸ਼ੀਨ ਕੱਢ ਗਏ ਬਾਹਰ ਠੀਕ ਹੈ ਜੀ। ਅਤੇ ਬਾਹਰ ਕੱਢ ਕੇ ਮਸ਼ੀਨ ਇਹਨੂੰ ਆਪਾਂ ਛੱਡ ਕੇ ਆਈਏ ਵਰਕਸ਼ਾਪ 'ਤੇ, ਕਿਉਂਕਿ ਇਹਦਾ ਮਾੜਾ ਮੋਟਾ ਮਿੱਤਰੋ ਕੰਮ ਕੁੰਮ ਹੁੰਦਾ ਵਾ, ਬਲੇਡ ਬਲੂਡ ਦੇ ਵਿੱਚੋਂ ਚਾਰਕ ਬਦਲਣ ਵਾਲੇ ਆ ਠੀਕ ਹੈ ਜੀ। ਅਤੇ ਉਹ ਆਪਾਂ ਲੈ ਕੇ ਜਾਂਦੇ ਹਾਂ, ਅਤੇ ਮੋੜਲਾ ਕਾਕਾ ਮੋੜਲਾ, ਇਹ ਲੈਸ ਗੋ, ਇਹ ਮਸ਼ੀਨ ਆਪਾਂ ਛੱਡ ਆਈਏ ਵਰਕਸ਼ਾਪ ਕੋਲ, ਅਤੇ ਕਿਉਂਕਿ ਵਿਚਲੋ ਮਿੱਤਰੋ ਥਰੈਸ਼ ਥਰੂਸ਼ ਦੀ ਸੈਟਿੰਗ ਕਰਨ ਵਾਲੀ ਆ, ਛਾਨੇ ਛੂਨੇ ਚੇਂਜ ਕਰਨ ਵਾਲੇ ਆ ਠੀਕ ਹੈ। ਝੋਨੇ ਵਾਲੇ ਸੀਗੇ, ਅਤੇ ਹੁਣ ਫਿਰ ਕਣਕ ਵੱਢਣੀ ਆਪਾਂ, ਥੋੜ੍ਹੀ ਮੋਤੀ ਤਾਂ ਰਿਪੇਅਰ ਬਣਦੀ ਹੈ ਨਾ, ਫਿਰ ਇਹਨੂੰ ਆਪਾਂ ਵਰਕਸ਼ਾਪ 'ਤੇ ਛੱਡ ਕੇ ਆਉਂਦੇ ਹਾਂ, ਆਪਣੇ ਕੋਲ ਤਾਂ ਟਾਈਮ ਹੈ ਨਹੀਂ ਇੰਨਾ ਠੀਕ ਆ ਜੀ, ਆਲੂਆਂ ਕਰਕੇ। ਸੋ ਨਹੀਂ ਆਪਾਂ ਆਪ ਹੀ ਘਰੇ ਚਾਬੀਆਂ ਆਪਾਂ ਨੇ ਚੱਕ ਲੈਣੇ ਸੀ, ਅਤੇ ਇਹਨੂੰ ਛੱਡ ਕੇ ਆਉਂਦੇ ਹਾਂ, ਕਟਰ ਦੀ ਲੋੜ ਹੀ ਨਹੀਂ, ਕਟਰ ਆਪਣਾ ਪੂਰਾ ਓਕੇ ਹੈ, ਫਿੰਗਰਾਂ ਫੁੰਗਰਾਂ ਐਂ ਜਮ੍ਹਾਂ ਓਕੇ ਪਈਆਂ, ਬਲੇਡ ਬਲੂਟ ਓਕੇ ਹੈ। ਇਹਦਾ ਬਸ ਮਗਲੈਲ ਮਗਲੂਲ ਚੇਂਜ ਕਰਨਾ ਵਾ, ਸਰਵਿਸ ਉਹ ਕਰਨੀ ਹੈ, ਫਿਲਟਰ ਫੁਲਟਰ ਚੇਂਜ ਕਰਨੇ ਹੈ,
ਠੀਕ ਹੈ ਜੀ। ਫਿਰ ਇਹਦੇ ਬਲੇਡ ਬਲੂਡ ਬਦਲਣ ਵਾਲੇ ਆ ਚਾਰਕ ਵਿੱਚੋਂ, ਅਤੇ ਥਰੈਸ਼ਰ ਦੀ ਸੈਟਿੰਗ ਕਰਨ ਵਾਲੀ ਆ ਸ਼ਾਨਾ ਬਦਲਣ ਵਾਲਾ, ਠੀਕ ਹੈ ਜੀ। ਸ਼ਾਨਾ ਝੋਨੇ ਵਾਲਾ ਪਿਆ, ਫਿਰ ਮਿੱਤਰੋ ਕਣਕ ਵੀ ਪਿੱਛੇ ਸਿੱਟੂ, ਫਿਰ ਕਰਕੇ ਦਾਣੇ ਸਿੱਟਦੀ ਆ ਯਾਰ, ਤਾਂ ਕਰਕੇ ਆਪਾਂ ਫਿਰ ਮਸ਼ੀਨ ਲੈ ਕੇ ਚੱਲੇ। ਆਪਣੀ ਮਸ਼ੀਨ ਚਾਹੇ ਆਪਣੀ ਐਂ ਵੱਡੀ ਹੈ, ਠੀਕ ਹੈ, ਦੇਖਣ ਨੂੰ ਲੱਗਦੀ ਹੈ ਕਿ ਇਹਨੂੰ ਰਿਪੇਅਰ ਦੀ ਲੋੜ ਨਹੀਂ ਪੈਂਦੀ ਹੋਣੀ, ਪਰ ਫਿਰ ਵੀ ਵਿੱਚੋਂ ਸੈਟਿੰਗਾਂ ਤਾਂ ਚੇਂਜ ਕਰਨੀਆਂ ਪੈਂਦੀਆਂ ਹੀ ਆ। ਲਓ ਵੀ ਮਿੱਤਰੋ ਕਹਿੰਦੇ ਪਹੁੰਚ ਗਏ ਵਰਕਸ਼ਾਪ 'ਤੇ, ਕਿਆ ਬਾਤ ਹੈ ਕਿਆ ਬਾਤ ਹੈ। ਇੱਥੇ ਲਾ ਦਈਏ ਮੋੜ ਕੇ, ਬੱਲੇ 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 ਬੱਲੇ, ਹੁਣ ਆਪਣੀ ਐਂ ਮਸ਼ੀਨ ਜਿਹਾ ਰਿਪੇਅਰ ਰਿਪੇਅਰ ਕਰ ਦੇਣਗੇ, ਫਿਰ ਆ ਹੋਜੂ ਕੰਮ। ਓਏ 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 ਮਿੱਤਰੋ, ਇਹ ਮੈਂ ਕਹਿੰਦਾ ਆਪਣੇ ਪੰਜਾਬੀ ਬੰਦੇ ਆ ਜਿਹੜਾ ਮੂਹਰੇ ਹੁੰਦਾ ਵਾ, ਕੀ ਕਹਿੰਦੇ ਹੁੰਦੇ ਯਾਰ ਮੈਨੂੰ, ਫਿਰ ਥਰੈਸ਼ਰ ਹੀ ਹੁੰਦਾ ਨਾ ਸ਼ਾਇਦ, ਥਰੈਸ਼ਰ ਹੀ ਹੁੰਦਾ, ਇਕੱਲਾ ਬੰਦਾ ਚੱਕ ਕੇ ਪਾਉਂਦੇ ਉਹਦੇ ਨਾ ਡਬਲਿਆਂ ਜਿਹੇ 'ਤੇ। ਆਹ ਮਸ਼ੀਨ ਦਾ ਤਾਂ ਪਾਰਾ ਹੋਊ ਸਿਸਟਮ ਕਿ ਨਹੀਂ ਪਤਾ ਨਹੀਂ ਮਿੱਤਰੋ, ਇੱਥੇ ਜੇ ਹੁੰਦਾ ਗੋਲਾ ਜਿਹਾ, ਅਤੇ ਇੱਥੇ ਵੀ ਨਹੀਂ ਹੁੰਦਾ ਮੇਰੇ ਹਿਸਾਬ ਨਾਲ, ਇੱਥੇ ਹੁੰਦਾ ਇੱਥੇ ਆਹ ਥਾਂ 'ਤੇ, ਆਹ ਥਾਂ 'ਤੇ, ਠੀਕ ਹੈ ਜੀ। ਅਤੇ ਉਹ ਵਾਲਾ ਚੱਕ ਕੇ ਪਾਉਣ ਵਾਲਾ ਮੈਂ ਕਈ ਕਲਿੱਪਾਂ ਹੀ ਵੇਖੀਆਂ, ਮੈਂ ਕਹਿੰਦਾ ਬਈ ਭਾਰਾ ਸੀਰੀਅਸਲੀ ਬਹੁਤ ਹੁੰਦਾ ਕਈ ਵਾਰੀ ਉਹ, ਨਹੀਂ ਤਾਂ ਬੈਲਟਾਂ ਬੁਲਟਾਂ ਨਾਲ ਚੜਾਉਣਾ ਪੈਂਦਾ, ਕਈ ਹਿੰਮਤ ਜੀ ਕਰਕੇ ਚੱਕ ਲੈਂਦੇ ਉਹਨਾਂ ਨੂੰ ਟਾਇਰਾਂ ਟੂਰਾਂ ਆਈਆਂ 'ਤੇ ਰੱਖ ਕੇ, ਅਤੇ ਉਵੇਂ ਹੀ ਐਂ ਕਰਕੇ ਪਾ ਦਿੰਦੇ ਆ, ਪਰ ਉਹ ਡਰ ਲੱਗਦਾ ਹੁੰਦਾ, ਉਹਦੇ ਖੁੰਕਰੀਆਂ ਦੇਖ ਲਓ ਕਿੰਨੀਆਂ ਕੱਢੀਆਂ ਹੁੰਦੀਆਂ। ਸੋ ਉੱਦਾਂ ਦਾ ਕੰਮ ਤਾਂ ਬਈ ਬਚ ਕੇ ਹੀ ਕਰਿਆ ਕਰੋ, ਅਤੇ ਇੱਧਰ ਦਾ ਸਾਰਾ ਕੰਮ ਮਸ਼ੀਨੀ ਹੋਣਾ, ਕੋਈ ਚੈੱਕ ਕਰਨੀ ਹੈ, ਸਫਾਈ ਸਫੂਈ ਕਰ ਦੇਣਗੇ, ਹਵਾ ਹੁਵਾ ਮਾਰ ਕੇ ਦਿਖਾਏ। ਉਹ ਚਾਚਾ ਹਾਰਨ ਮਾਰ ਦਿਓ ਭਰਾਵਾ, ਮਿੱਤਰੋ ਹਾਰਨ ਨੂੰ ਮੈਂ ਸੱਚੀ ਨਹੀਂ ਇਹਦਾ ਮਾਰਦਾ ਪਿਆ ਯਾਰ, ਬਈ ਇਹਨੇ ਕਿੰਨੇ ਕਾਲੂ ਪੈ ਜਾਂਦੇ ਇਹਦੇ 'ਚ, ਮਾਰ ਲੈ ਬਈ ਹਾਰਨ ਹੂਰਨ ਕੁਛ ਤਾਂ, ਰਿਲੈਕਸ ਜਿਹੇ ਹੋ ਕੇ ਬਹਿ ਜਾ ਗਏ। ਆ ਵੇਟ ਕਰਦੇ ਆ ਮਿੱਤਰੋ, ਕੋਈ ਮਾਰੂਗਾ ਹਾਰਨ। ਓਏ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਫੁੱਲ, ਹੋ ਗਿਆ ਹੋ ਗਿਆ, ਮਾਰ ਸੈਲਫ ਚੱਲ, ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮਿੱਤਰੋ, ਵਿੱਚ ਵਾਹਵਾ ਪੈ ਜਾਂਦੇ ਹੁਣ, ਟਰਾਲੀ ਮੇਰੇ ਸਾਨੂੰ ਅੱਧੀ ਹੋਜੂ ਆਪਣੀ। ਕੇਰਾ ਦਾ ਮਿੱਤਰੋ ਆਲੂ ਆਪਾਂ ਘਰੇ ਹੀ ਲਾਉਣੇ ਆ, ਠੀਕ ਹੈ ਜੀ, ਉਦੋਂ ਬਾਅਦ ਇਹਨਾਂ ਦੇ ਗੱਟੇ ਭਰਾਂਗੇ, ਗੱਟੇ ਭਰ ਕੇ ਫਿਰ ਆਪਾਂ ਟਰਾਲੀ ਦੇ ਵਿੱਚ ਲੱਦਾਂਗੇ, ਕੇਰਾ ਤਾਂ ਅੱਜ ਘਰੇ ਹੀ ਲਾਵਾਂਗੇ। ਲੈ ਬਈ ਮਿੱਤਰਾ ਕਰਦੇ ਵਿਹਲੀ ਹੁਣ ਤਾਂ, ਅਤੇ ਇਹਦੇ ਨਾਲ ਨਾਲ ਮਿੱਤਰੋ ਆਪਣੇ ਦੋ ਵਾਹਣ ਹੋਰ ਹੈ, ਕਹੂ ਵਾਲਾ ਅਤੇ ਕਹੂ ਉੱਪਰਾਂ ਵਾਲਾ, ਅਤੇ ਉਹ ਵੀ ਵੱਢਣੇ ਆ। ਮੈਂ ਕਹਿੰਦਾ ਆਲੂ ਵਾਹਵਾ ਹੋ ਜਾਣੇ ਆਪਣੇ, ਬਸ ਸਿਲੋ ਦੇ ਵਿੱਚ ਪੂਰੇ ਆ ਜਾਣ, ਠੀਕ ਹੈ ਜੀ, ਫਿਰ ਨਜ਼ਾਰਾ ਆਊ। ਲਓ ਵੀ ਮਿੱਤਰੋ ਟਰਾਲੀ ਕਹਿੰਦੇ ਅੱਧੋ ਵੱਧ ਭਰ ਗਈ, ਕਿਆ ਬਾਤ ਹੈ ਕਿਆ ਬਾਤ ਹੈ, ਇੱਕ ਗੇੜਾ ਜਿਹਾ ਹੋਰ ਪਊਗਾ, ਉਹ ਵੀ ਪੂਰਾ ਨਹੀਂ ਪੈਣਾ ਗਾ, ਅਤੇ 44% ਰਹਿ ਗਈ ਟਰਾਲੀ ਖਾਲੀ ਹੋਰ, ਅਤੇ ਵੇਖੀਏ ਮਾੜਾ ਫੱਟੀ ਲਾ ਕੇ ਕੀ ਕਹਿੰਦਾ। ਉਹ ਬੱਲੇ 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 ਬੱਲੇ, ਪੁਰਾਣਾ 855 ਕਹਿੰਦੇ ਨੇ, ਬੁੱਕ ਦਾ ਹੀ ਆਉਂਦਾ ਝੋਟਾ, ਕਿਆ ਬਾਤ ਹੈ ਜੀ ਕਿਆ ਬਾਤ ਹੈ, ਸਿਰਾ ਹੋਇਆ ਪਿਆ ਮਾਹੌਲ ਮਿੱਤਰੋ, ਇੱਥੇ ਰੱਖ। ਮਿੱਤਰੋ ਮੈਂ ਸੋਚ ਰਿਹਾ ਵਾਂ ਕਿ ਆਪਾਂ ਸਪੈਸ਼ਲ ਸਾਈਲੋ ਲਾ ਲਈਏ, ਠੀਕ ਹੈ ਜੀ। ਆਹ ਦੇਖੋ ਇਹ ਸਾਈਲੋ ਆ ਜਿਹੜੀ ਕਹਿੰਦੇ ਸਿਰਾ, ਇਹ 'ਚ ਸਿਰਫ ਆਲੂ ਅਤੇ ਹੋਰ ਚੀਜ਼ਾਂ ਆਪਾਂ ਸਟੋਰ ਕਰ ਸਕਦੇ ਹਾਂ। ਆਪਾਂ ਜੇ ਇੱਥੇ ਜੇ ਲਾ ਦਈਏ ਇਹਨੂੰ ਯਾਰ, ਇੱਥੇ ਲਾ ਦਈਏ ਤਾਂ ਟਰਾਲੀ ਪਰਾਂ ਦੀ ਆਇਆ ਕਰੂਗੀ, ਘੋੜਿਆਂ ਨੂੰ ਥੋੜ੍ਹੀ ਦਿੱਕਤ ਹੋਊਗੀ, ਕਿ ਕਿਤੇ ਹੋਰ ਬਾਹਰ ਵੀ ਵਾਹਨ ਦੇ ਵਿੱਚ ਵੀ ਲਾ ਸਕਦੇ ਹਾਂ, ਟੈਂਪਰੇਰੀ ਹੁੰਦੀ ਆ ਮਿੱਤਰੋ ਸ਼ੈੱਡ ਜਾ, ਅਤੇ ਜੇ ਆਪਾਂ ਵਾਹਨ ਦੇ ਵਿੱਚ ਲਾਤਾ, ਵਾਹਨ ਦੇ ਵਿੱਚ ਵੀ ਸੈੱਟ ਆ ਕੰਮ, ਵੈਸੇ ਵਾਹਨ ਦੇ ਵਿੱਚ ਯਾਰ ਬਾਅਦ 'ਚੋਂ ਟਰਾਲੀ ਟਰੂਲੀ ਕੱਢਣੀ ਨਾ ਔਖੀ ਹੋਇਆ ਕਰੇ, ਬਸ ਮੈਨੂੰ ਇਹੀ ਦਿੱਕਤ ਜੀ ਨਾ ਹੋਵੇ ਬਸ, ਬਾਕੀ ਸਭ ਤਾਂ ਸਰ ਜੂਗਾ। ਚਲੋ ਦੇਖ ਲੈਂਦੇ ਹਾਂ ਫਿਰ, ਇੱਥੇ ਲਾ ਦਿੰਦੇ ਹਾਂ ਮਿੱਤਰੋ, ਇਹ ਆਹ ਚੱਕੋ ਇੱਥੋਂ ਟਰਾਲੀ ਆਪਣੀ ਆਪੇ ਵੇਖੀ ਆਇਆ ਕਰੂ। ਲਓ ਵੀ ਮਿੱਤਰੋ ਕਹਿੰਦੇ ਉਹ ਉੱਥੇ ਆਲੂ ਆਪਾਂ ਹੁਣ ਲਾ ਸਕਦੇ ਹਾਂ, ਵਾਹਨ ਦੇ ਵਿੱਚ ਲਾਤੀ, ਥੋੜ੍ਹੇ ਜਿਹੇ ਆਲੂ ਜ਼ਰੂਰ ਖਰਾਬ ਹੋਏ ਹੋਣਗੇ, ਪਰ ਕੋਈ ਨਾ ਸਟੋਰ ਵੀ ਤਾਂ ਕਰਨੇ ਆ ਫਿਰ ਕਿਤੇ, ਤਾਂ ਫਿਰ ਹੀ ਆਪਾਂ ਬੋਰੀਆਂ ਬਾਰੀਆਂ 'ਚ ਭਰਾਂਗੇ, ਫਿਰ ਹੀ ਬਾਨੀ ਗੱਲ। ਇਹ ਚੱਲ ਝੋਟਿਆ, ਚੱਲ 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 ਚੱਲ, ਨਹੀਂ ਉਹ ਹਾਰਦਾ ਹਾਲੇ ਤਾਂ ਜੱਟ ਪੂਰਾ ਕਹਿਵਿਆ, ਉਹ ਵਾਲੀ ਗੱਲ ਹੋਈ ਪਈ ਹੈ। ਲਓ ਵੀ ਮਿੱਤਰੋ ਆਲੂ ਲਈ ਜਾਂਦੇ ਆ, ਕਿਆ ਬਾਤ ਹੈ ਕਿਆ ਬਾਤ ਹੈ, ਇਹਦੇ ਵਿੱਚ ਥੋੜ੍ਹੇ ਜਿਹੇ ਮਿੱਤਰੋ ਲੁੱਕ ਵਜੀ ਵਾਈਜ ਹੁੰਦੇ ਆ, ਠੀਕ ਹੈ, ਅਸਲੀ ਆਲੂ ਨਹੀਂ ਇਹ, ਅਤੇ ਅਸਲੀ ਆਲੂ ਇਹਦੇ ਵਿੱਚ ਹੀ ਭਰੇ ਜਾਣੇ ਆ, ਠੀਕ ਹੈ, ਸਮਝ ਲਓ ਤਰਪਾਲ ਆਲੂਆਂ ਨਾਲ ਦੀ। ਅਤੇ ਲਓ ਵੀ ਮਿੱਤਰੋ ਆਲੂ ਇੱਥੇ ਲਾਹ 'ਤੇ ਆਪਾਂ ਟਰਾਲੀ ਕਰਤੀ ਵਿਹਲੀ, ਮੈਂ ਕਿਹਾ ਯਾਰ ਜ਼ਰੂਰੀ ਫੁੱਲ ਕਰਨ ਦਾ ਵੇਟ ਕਰਨਾ, ਨੇੜੇ ਹੋਵੇ ਤਾਂ ਮਿੱਤਰੋ ਗੇੜਾ ਲਾ ਹੀ ਤੁਰਿਆ ਉਹ, ਕਿਆ ਬਾਤ ਹੈ। ਇੱਥੋਂ ਆਪਾਂ ਟਰਾਲੀ ਦੁਬਾਰਾ ਫਿਰ ਭਰ ਸਕਦੇ ਹਾਂ, ਉਦੋਂ ਬਾਅਦ ਆਪਾਂ ਟਰਾਲੀ ਭਰ ਕੇ ਫਿਰ ਗੱਟੇ ਗੁੱਟਿਆਂ 'ਚ ਆਪਾਂ ਉਹ ਅਗਲੀ ਵੀਡੀਓ ਦੇ ਵਿੱਚ ਕਿਸੇ 'ਚ ਕਰਾਂਗੇ, ਵੇਚ ਕੇ ਆਵਾਂਗੇ, ਠੀਕ ਹੈ ਜੀ। ਅਤੇ ਅੱਜ ਕੇਰਾ ਮਿੱਤਰੋ ਕਹਿੰਦੇ ਆਪਾਂ ਆਲੂ ਸਾਰੇ ਪੱਟ ਲਈਏ ਅਤੇ ਇੱਧਰ ਜਮ੍ਹਾਂ ਕਰ ਦਈਏ। ਲਓ ਵੀ ਮਿੱਤਰੋ ਦੇਖਦੇ ਹਾਂ ਮਸ਼ੀਨ ਦੇ ਨਾਲ ਇੱਥੇ ਲੋਡ ਅਨਲੋਡ ਕਰ ਸਕਦੇ ਹਾਂ,
ਚਲੋ ਦੇਖਦੇ ਆ ਮਤਲਬ ਚੈੱਕ ਕਰਦੇ ਹਾਂ ਮਸ਼ੀਨ ਨਾਲ, ਨਹੀਂ ਮਸ਼ੀਨ ਨਾਲ ਨਹੀਂ, ਪਹਿਲਾਂ ਆਪਾਂ ਨੂੰ ਟਰਾਲੀ 'ਚ ਹੀ ਪਾਉਣੇ ਪੈਣਗੇ ਸਾਰੇ ਆਲੂ, ਇੱਧਰ ਦੇ ਵੱਢ ਲਏ ਫਿਰ ਮੈਂ ਕਿਹਾ ਦੂਜੇ ਪਾਸੇ ਮਸ਼ੀਨ ਲਾ ਦਿੰਦੇ ਹੈ ਡਰਾਈਵਰ ਨੂੰ, ਮੈਂ ਕਿਹਾ ਤੂੰ ਚਾਹ ਚੁੱਪੀ, ਨਹੀਂ ਮਸ਼ੀਨ ਨਾਲ ਨਹੀਂ, ਆਪਾਂ ਨੂੰ ਟਰਾਲੇ ਦੇ ਵਿੱਚ ਹੀ ਪਹਿਲਾਂ ਆਪਾਂ ਨੂੰ ਅਨਲੋਡ ਕਰਨੇ ਪੈਣਗੇ। ਚਲੋ ਕੋਈ ਚੱਕਰ ਨਹੀਂ, ਟਰਾਲੇ ਦਾ ਹੁਣ ਆਪਾਂ ਡਾਡ ਲਵਾਂਗੇ 855 ਦਾ। ਹੁਣ ਮੈਂ ਕਹਿੰਦਾ ਨਾ ਆਹ ਟਰਾਲੀ ਲਾ ਕੇ, ਠੀਕ ਹੈ ਜੀ, ਆਪਾਂ ਅੱਧੀ ਅੱਧੀ ਦੇਖਿਆ ਕਰੀ, ਉਹਨੂੰ ਫੁੱਲ ਭਰਾਂਗੇ, ਠੀਕ ਹੈ ਜੀ। ਫੁੱਲ ਭਰਨ ਤੋਂ ਬਾਅਦ ਆਪਾਂ ਦੇਖਾਂਗੇ ਕੀ ਬਣਦਾ ਮਾਹੌਲ, ਠੀਕ ਹੈ। ਫੁੱਲ ਭਰਨ ਤੋਂ ਬਾਅਦ ਆਪਾਂ ਵੇਖਦੇ ਹਾਂ ਖਿੱਚਦਾ ਕਿ ਨਹੀਂ, ਫਿਰ ਆਪਾਂ ਲਾਵਾਂਗੇ ਆਪਾਂ ਦੂਜਾ ਟਰੈਕਟਰ ਆਪਣਾ। ਲਓ ਜੀ ਮਿੱਤਰੋ, ਅੱਧੀ ਕੁ ਹੋ ਜੂਗੀ ਅਤੇ ਅੱਧੀ ਪਰਲੇ ਵਾਹਨ ਦੇ ਵਿੱਚ ਹੋ ਕੇ, ਅਤੇ ਫੁੱਲ ਜਦੋਂ ਇਹ ਟਰਾਲੀ ਡੱਕ ਲਈ ਆਪਾਂ ਇਹ ਡਾਟ ਪਵਾ ਕੇ ਫਿਰ 855 ਦਾ ਦੇਖਦੇ ਹਾਂ ਤਾਂ ਮੂੰਹ ਜਿਹਾ ਥੱਲੇ ਲੱਗਦਾ ਕਿ ਨਹੀਂ। ਮਿੱਤਰੋ ਦੇਖ ਲਓ, ਇੱਕ ਇੱਕ ਘੰਟੇ ਦੀ ਰਿਕਾਰਡਿੰਗ ਕਰਦਾ, ਉਹਦੇ 'ਚੋਂ ਐਡਿਟ ਕਰਕੇ ਆਪਾਂ 20 ਮਿੰਟਾਂ ਦੀ ਕੱਢ ਕੇ ਵੀਡੀਓ, ਠੀਕ ਹੈ ਜੀ, ਉਹ ਰੱਖਣੀ ਹੁੰਦੀ ਆ, ਫਿਰ ਜਾ ਕੇ ਗੱਲ ਬਣਦੀ ਹੈ। ਅਤੇ ਹੋ ਗਿਆ ਸਾਰੀ ਸਾਰੀ ਮਸ਼ੀਨ ਵਿਹਲੀ ਹੋ ਗਈ। ਚਲੋ ਬਾਈ ਹੋ ਗਈ ਹੋ ਗਈ ਹੋ ਗਈ ਹੋ ਗਈ, ਹੁਣ ਇਹਨੂੰ ਲਾਦ ਕੇ ਆਪਾਂ ਇੱਧਰਲੇ ਵਾਹਨ ਦੇ ਵਿੱਚ, ਇਹਨੂੰ ਕਹੀਏ ਚੱਕ ਦੇ ਫੱਟੇ, ਨਵੇੜ ਦੇ ਕੰਮ। ਲਓ ਵੀ ਮਿੱਤਰੋ, ਡਰਾਈਵਰ ਆਪਣਾ ਆ ਗਿਆ ਚਾਹ ਚੂ ਪੀ ਕੇ, ਅਤੇ ਕਹਿੰਦੇ ਕਿਆ ਬਾਤ ਹੈ, ਭਜਾਈ ਲਿਆਂਦਾ ਮਸ਼ੀਨ ਨੂੰ। ਅੱਛਾ ਇੱਧਰ ਲਿਆ ਲਓ ਵੀ, ਮੈਂ ਕਹਿੰਦਾ ਪੱਟ ਕੇ ਆਪਾਂ ਟਾਈਮ ਨਾਲ ਅੰਦਰ ਕਰੀਏ ਬਾਈ, ਠੀਕ ਹੈ। ਮੌਸਮ ਮੂਸਮ ਦਾ ਪਤਾ ਨਹੀਂ ਹੁੰਦਾ, ਅਤੇ ਕਣਕ ਵੀ ਆਪਣੀ ਬਸ ਆ ਜਾਣੀ ਹੈ 10-15 ਦਿਨਾਂ ਦੇ ਵਿੱਚ, ਤਾਂ ਰੰਗ ਜਾਂ ਤਾਂ ਹੋਰ ਸੁਨਹਿਰੀ ਜਿਹਾ ਹੋਣ ਲੱਗ ਗਿਆ। ਉਹ ਕਣਕਾਂ ਦਾ ਰੰਗ ਕਦੋਂ ਹੋਰ ਤੋਂ ਸੁਨਹਿਰੀ ਹੋ ਗਿਆ। ਲਓ ਵੀ ਮਿੱਤਰੋ, ਕਹਿੰਦੇ ਡਾਟ ਪਵਾਵਾਂਗੇ 855 ਦਾ, ਕਿਆ ਬਾਤ ਹੈ ਕਿਆ ਬਾਤ ਹੈ। ਸਿਰਾ ਯਾਰ ਬਾਈ, ਸਵਰਾਜ ਦਾ ਪਤਾ ਨਹੀਂ ਕਿਉਂ ਬਾਹਲੇ ਘੈਂਟ ਲੱਗਦਾ ਮੈਨੂੰ। ਉਦੋਂ ਬਾਅਦ ਜਿਹੜਾ ਦੂਜਾ ਨੰਬਰ ਆਉਂਦਾ ਨਾ ਮਿੱਤਰੋ, ਜੌਂਡੀਅਰ ਬਸ, ਫਿਰ ਤੀਜੇ 'ਤੇ ਜੇ ਆਪਾਂ ਦੇਖਿਆ ਜਾਵੇ ਤਾਂ ਹੋਲੈਂਡ, ਬਸ ਆਹ 3 ਕੰਪਨੀਆਂ ਟੋਪ ਦੀਆਂ ਲੱਗਦੀਆਂ ਜੇ ਟੋਪ 3 ਦੀ ਗੱਲ ਕਰੀਏ ਜਾਵੇ। ਫਿਰ ਚੌਥੇ 'ਤੇ ਆ ਜਾਂਦਾ ਆਪਣਾ ਸੋਨਾਲੀਕਾ, 5ਵੇਂ 'ਤੇ ਮਹਿੰਦਰਾ ਬਾਈ, ਬਸ ਉਦੋਂ ਬਾਅਦ ਆਪਾਂ ਕਹੀਦਾ ਕਿ ਨਹੀਂ ਹੋਰ ਟਰੈਕਟਰ ਮੰਨੀ ਆਪਾਂ ਨੇ ਘੱਟੀ ਮਾਰੀ ਦੀ ਹੈ। ਇਹ 5 ਬ੍ਰਾਂਡ ਤਾਂ ਨਾ ਮਤਲਬ ਸਿਰਾ ਹੀ ਹੈ, ਸਾਰੇ ਹੀ ਸਿਰਾ, ਇਹਨਾਂ ਦਾ ਕੋਈ ਤੋੜ ਹੈ ਨਹੀਂ। ਸਵਰਾਜ ਹੋ ਗਿਆ, ਜੌਂਡੀਅਰ ਹੋ ਗਿਆ, ਹੋਲੈਂਡ ਹੋ ਗਿਆ, ਸੋਨਾਲੀਕਾ ਹੋ ਗਿਆ, ਮਹਿੰਦਰਾ ਹੋ ਗਿਆ, ਠੀਕ ਹੈ ਜੀ। ਅਤੇ ਐਚ ਐਮ ਟੀ ਦਾ ਤੁਹਾਨੂੰ ਪਤਾ ਹੈ, ਉਹ ਤਾਂ ਫਿਰ ਹੁਣ ਐਗਜੈਕਟ ਨਹੀਂ ਕਰਦੀ ਸਹੀ, ਮੈਨੇ ਦੇਖਿਆ ਜਾਵੇ ਤਾਂ ਨਵੇਂ ਆਉਂਦੇ ਨੇ ਟਰੈਕਟਰ, ਅਤੇ ਪਰ ਉਹ ਕੰਪਨੀ ਦਾ ਮਤਲਬ ਸਮਝ ਲਓ ਕਿ ਐਂ ਸਿਰਾ ਹੀ ਆ ਨਾ। ਜਿਹੜੀਆਂ ਜਿਹੜੇ ਫੀਚਰ ਮਿੱਤਰੋ 69 ਦੇ ਵਿੱਚ ਆਏ ਆ, ਉਹ ਹਜੇ ਤੱਕ 855 'ਚ ਵੀ ਨਹੀਂ ਆਏ, ਦਿੰਦੇ ਹੀ ਨਹੀਂ ਕੰਪਨੀ ਵਾਲੇ, ਪਤਾ ਨਹੀਂ ਕਿਉਂ। ਕਈ ਹੈਗੇ ਆ ਫੀਚਰ, ਸਪੀਡਾਂ ਦੇਖ ਲਓ ਉਹਦੀਆਂ ਤੁਸੀਂ, 10 ਗੇਅਰ ਆ ਫੋਰਵਰਡ, ਅਤੇ ਸੁਪਰ ਸੀਡਰ 'ਤੇ ਵੀ ਦੇਖ ਲਓ ਕਿੰਨਾ ਚੱਲਿਆ ਉਹ ਟਰੈਕਟਰ। ਸੋ ਉਹ ਚੀਜ਼ ਵੱਖਰੀ ਆ, ਉਹ ਇੱਕ ਸਾਈਡ 'ਤੇ ਹੀ ਹੋ ਜਾਂਦਾ 69 ਦਾ। ਲਓ ਵੀ ਮਿੱਤਰੋ, ਕਰਦੇ ਹਾਂ ਵੇਟ ਕਦੋਂ ਭਰਦੀ ਹੈ ਟਰਾਲੀ, ਅਤੇ ਮਿਲਦੇ ਹਾਂ ਤੁਹਾਨੂੰ ਹੁਣ, ਕੱਟ ਜਾ ਕਰ ਦੇਗੇ ਬਾਅਦ 'ਚ, ਐਵੇਂ ਮੇਰੀ ਬਕਵਾਸ ਸੋਚੀ ਪਊ ਤੁਹਾਨੂੰ। ਮਿੱਤਰੋ ਮੈਂ ਕਿਹਾ ਮਾੜੇ ਜੇ ਵਿਹਲੇ ਜੇ ਹੋ ਗਏ, ਅਤੇ ਵਿਹਲੇ ਮਤਲਬ ਹਜੇ ਟਾਈਮ ਆ, ਉੱਧਰ ਮਸ਼ੀਨ ਚੱਲਦੀ ਪਈ ਆ, ਮੈਂ ਕਿਹਾ ਇੰਨੇ ਟਾਈਮ ਤਾਂ ਮੈਂ ਆਪਾਂ ਨੂੰ ਖਿਲਾਰੇ ਹੈ ਕਿ ਨਹੀਂ, ਇੰਨੇ ਟਾਈਮ ਤਾਂ ਮੈਂ ਆਪਾਂ ਨੂੰ ਖਿਲਾਰੇ, ਅਤੇ ਮੈਂ ਕਿਹਾ ਦੇਖਦੇ ਹਾਂ ਚਲੋ ਕੀ ਬਣਦਾ, ਰੂਟਾਵੇਟਰ ਚੱਲਿਆ ਨਹੀਂ ਆਪਣਾ ਯਾਰ। ਲਓ ਵੀ ਮਿੱਤਰੋ, ਹੁਣ ਲੱਗਿਆ ਪੀਟੀਓ ਗੇਅਰ, ਉਹ ਨਵਾਂ ਟਰੈਕਟਰ ਨਾ ਫਿਰ ਮਿੱਤਰੋ ਪਤਾ ਨਹੀਂ ਲੱਗਦਾ ਕਿ ਯਾਰ ਇਹ ਕਿਆ ਬਾਤ ਹੈ ਬਾਈ, ਚੌਥੇ ਲੋ 'ਚ ਜਾਂਦਾ ਪਿਆ ਮਿੱਤਰੋ ਇਹ, ਅਤੇ ਆਵਾਜ਼ ਦਬੀ ਦਬੀ ਜੀ ਲੱਗਦੀ, ਪਤਾ ਨਹੀਂ ਕਿਉਂ ਆਵਾਜ਼ ਬਾਹਲੀ ਦਬੀ ਦਬੀ ਜੀ ਹੈ। ਪਰ ਕਹਿੰਦੇ ਕਿਆ ਬਾਤ ਹੈ, ਸਫਾਈ ਵੇਖੋ ਥੱਲੋਂ ਕੱਢੀ ਆਉਂਦਾ ਪਰਾਲੀ, ਪੁਰਾਣੀ ਝੋਨੇ ਵਾਲੀ ਪਰਾਲੀ ਕੱਢੀ ਆਉਂਦਾ ਥੱਲੋਂ ਬਾਈ, ਸਿਰਾ ਬਾਈ ਯਾਰ, ਸਿਰਾ ਗਲੀ ਕਿਉਂ ਨਹੀਂ ਹਜੇ ਤੱਕ ਇਹ ਯਾਰ। ਅਏ ਕਹਿੰਦੇ ਮੇਰੇ ਵੀਰੇ, ਉਹ ਰੂਟਾਵੇਟਰ 'ਤੇ ਵੀ ਅੱਗਾ ਚਕਾਤਾ ਟਰੈਕਟਰ ਦਾ ਬਾਈ, ਬੜਾ ਸਵਾਦ ਆਉਂਦਾ ਯਾਰ ਆਹ ਨਵੇਂ ਦੋਨੇ ਟਰੈਕਟਰਾਂ ਨਾਲ ਨਾ, ਜਿਹੜੇ ਆਪਣੇ ਕੋਲ ਸਵਰਾਜ ਆਏ ਆ, ਇਹਨਾਂ ਨਾਲ ਬੜਾ ਸਵਾਦ ਆਉਂਦਾ। ਅਗਲੇ ਟਰੈਕਟਰਾਂ ਦੇ ਵੀ ਬਾਈ ਵਸੂਡੀ ਕਰਨੀ ਆ, ਖੁਆਇਸ਼ ਪੂਰੀ ਯਾਰ, ਸੌਂਹ ਲੱਗੇ ਬਾਈ, ਕਰ ਦੂੰਗਾ ਮੈਂ, ਕਰ ਦੂੰਗਾ। ਜਿਹੜੇ ਬੰਦੇ ਕਹਿੰਦੇ ਨਾ ਕਿ ਬਾਈ ਲੈ ਕੇ ਨਹੀਂ ਆਉਂਦਾ ਤੂੰ, ਲਿਆਵਾਂਗੇ ਲਿਆਵਾਂਗੇ। ਅੰਗਰੇਜ਼ਾਂ ਵਾਲੇ ਸਟਾਈਲ 'ਚ ਵੀਜਦੇ ਸੀ ਮਿੱਤਰੋ ਟਰੈਕਟਰ, ਮੁੜਿਆ ਹੀ ਨਹੀਂ ਆਪਣੇ ਤੋਂ, ਵੀਜਦੇ ਕਈ ਜਾਂਦਾ ਵਾਹੁੰਦੇ ਸੀਗੇ। ਇਹ ਪਤਾ ਆਪਾਂ ਤਾਂ ਜਿਵੇਂ ਘੇਰਾ ਵਾਲਦੇ ਹੁੰਦੇ ਆ ਨਾ, ਇਹ ਇੱਥੇ ਹੀ ਘੁੰਮਾਉਂਦੇ ਆਈ, ਆਹ ਚੀਜ਼ ਦੇਖ ਲਓ ਇੱਦਾਂ। ਸੋ ਮਤਲਬ ਜਿਹੜਾ ਵਿੱਚ ਕੀ ਕਹਿੰਦੇ ਹੁੰਦੇ ਆ ਆਪਾਂ, ਉਹ ਲਾਉਂਦੇ ਆ ਡਰਾਈਵਰ, ਉਹ ਦੇਖ ਲਓ ਡਰਾਈਵਰ ਵੀ ਉੱਦਾਂ ਹੀ ਵੱਢਦਾ ਪਿਆ ਵਾ, ਠੀਕ ਹੈ ਜੀ। ਪਟਨਾ ਹੋਵੇ ਕੁਛ ਤਾਂ ਵੀ, ਬਸ ਇਹਨਾਂ ਨੇ ਆਈ ਘੇਰਾ ਘੂਰਾ ਵਾਲਣ ਵਾਲਾ ਸਿਸਟਮ ਇਹਨਾਂ ਨੂੰ ਤਾਂ ਹੈ ਹੀ ਨੀਗਾ, ਠੀਕ ਹੈ ਜੀ। ਤੋ ਮੈਂ ਕਿਹਾ ਚੱਲ ਆਪਾਂ ਵੀ ਦੇਖ ਲਈਏ, ਘੁਮਾ ਕੇ ਟਰੈਕਟਰ ਦਾ ਟਰਨ ਤਾਂ ਘੈਂਟ ਆ, ਉੱਥੇ ਹੀ ਘੁੰਮ ਜਾਂਦਾ। ਲਓ ਵੀ ਮਿੱਤਰੋ, ਦੁਬਾਰਾ ਮੋੜ ਕੇ ਵੇਖਦੇ ਹਾਂ, ਇਹ ਲੈਫਟ ਜਾ ਕੇ ਮੋੜਦੇ ਹੁੰਦੇ ਆ,
ਓਏ ਬੈਕ ਨਹੀਂ ਕਰਨਾ ਸੀ, ਗਲਤ ਕਰਤਾ ਹੀ ਕੰਮ। ਸੋ ਮਿੱਤਰੋ ਸਾਈਡਾਂ ਵਾਲੇ ਘੇਰੇ ਮੈਂ ਕਹਿੰਦਾ ਦੁਬਾਰਾ ਲਾਉਣੇ ਪੈਣਗੇ, ਬਾਕੀ ਮੁੜ ਤਾਂ ਉੱਥੋਂ ਹੀ ਜਾਂਦਾ ਵਾ। ਐਂ ਕਰਦੇ ਆ ਮਿੱਤਰੋ, ਆਪਾਂ ਹੀ ਨੇੜੇ ਜੇ ਹੁੰਦੇ ਹਾਂ ਫੇਰ ਹੀ ਹੌਸਲਾ ਜਿਹਾ ਕਰੂਗਾ ਉਹ ਮਾੜਾ ਜਿਹਾ। ਉਹ ਕਹੂਗਾ ਉਹ ਤਾਂ ਲੱਗਿਆ ਪਿਆ ਰੂਟਾਵੇਟਰ ਤੇ, ਹੋਰ ਪਿੱਛੇ ਦੇਖੇ ਹੀ ਨਾ ਮਿੱਤਰੋ, ਉਹ ਤੇ ਆਲੂ ਆਪਣੇ ਮਗਰ ਡੁੱਲੀ ਜਾਣ, ਹਨਾ। ਤੋ ਲੈ ਕੇ ਚੱਲ ਗਿਆ ਟਰੈਕਟਰ, ਮਾਰ ਸੈਲਫ, ਆ ਇੱਥੇ ਰੱਖ, ਕਿਆ ਬਾਤ ਹੈ, ਇੱਥੋਂ ਟੱਪ ਜੂ ਬਾਈ, ਖੜਾ ਹੀ ਬੜਾ ਕਸੂਤੇ ਥਾਂ। ਉਤਰੀ ਟਪਾ ਗਿਆ ਬਾਈ ਟਰਾਲੀ, ਜਾਣਾ ਯਾਰ ਟਰੈਕਟਰ 'ਚ ਬਾਈ, ਕਿਆ ਬਾਤ ਹੈ ਬਾਈ, ਝੋਟਾ ਬਾਈ, ਟਰਾਲੀ ਨੂੰ ਟੱਚ ਨਹੀਂ ਜਾਂਦਾ, ਬਹੁਤ ਜ਼ੋਰ ਲਵਾਉਂਦੀ ਹੈ ਇਹ ਟਰੈਕਟਰ ਦਾ। ਭਰਨ ਵਾਲਾ ਹੀ ਆ ਮਿੱਤਰੋ, ਭਰਨ ਵਾਲਾ ਹੀ ਆ, ਕਿਆ ਬਾਤ ਹੈ, ਮਾਰੂਗਾ ਹਾਰਨ, ਟਰਾਲੀ ਜਮਾ ਆ ਮਿੱਤਰੋ, ਫੁੱਲ ਕਰਾ ਕੇ ਲਿਜਾਵਾਂਗੇ, ਵੇਖਦੇ ਹਾਂ ਫਿਰ 855 ਦਾ ਜ਼ੋਰ, ਕਹਿੰਦੇ ਮੇਰੇ ਵੀਰੋ ਨਜ਼ਾਰਾ ਆਊਗਾ। ਲਓ ਵੀ ਮਿੱਤਰੋ, ਕਹਿੰਦੇ ਟੈਂਕ ਫੁੱਲ ਹੋ ਗਿਆ, ਹੁਣ ਪਤਾ ਲੱਗੂ 855 ਦੇ ਜ਼ੋਰ ਦਾ। ਇੱਥੇ ਰੱਖ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਲੈਟਸ ਗੋ ਮਿੱਤਰੋ, ਭਰ ਲਈਏ ਕਹਿੰਦੇ ਟਰਾਲਾ ਆਪਣਾ, ਇਹ ਫੁੱਲ ਕਰਦੇ ਬਈ, ਓਏ ਚੱਲ 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 ਚੱਲ, ਥੱਲੇ ਨਾ ਡੋਲਦੀ, ਓਏ ਹੋਏ 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 ਹੋਏ, ਕਿਵੇਂ ਡਿੱਗਦੇ ਆਲੂ ਜੇ, ਆਹ ਮਿੱਤਰੋ ਥੱਲੇ 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 ਡੁੱਲੀ ਜਾਂਦਾ ਕੰਮ। ਹਾਂ ਹੁਣ ਸੈੱਟ ਆ, ਥੋੜ੍ਹਾ ਜਿਹਾ ਭਰਦੇ ਭਰਦੇ ਫੁੱਲ ਟਰਾਲੀ ਥੋੜ੍ਹੀ ਬੈਕ ਕਰਾਂ, ਆ ਉੱਥੇ ਰੱਖ, ਬ੍ਰੇਕਾਂ ਦੇ ਘੁਮਾਉਣੀ ਪਈ ਮਿੱਤਰੋ, ਟਰਾਲੀ ਟੀ ਸੀ ਕੱਢ ਦੇਣੀ, ਦੇਖੋ ਮਿੱਤਰੋ ਇਹਨੂੰ ਆਲੂਆਂ ਦੀ, ਬਸ ਡੁੱਲਣ ਨਾ ਬਾਈ ਬਾਈ, ਇਹ ਫੁੱਲ ਹੋ ਗਈ ਟਰਾਲੀ ਮਿੱਤਰੋ, ਇੱਥੋਂ ਬੈਕ ਹੀ ਕਰ ਲਗੇ ਹਨਾ ਆਪਾਂ, ਇੱਥੋਂ ਬੈਕ ਕਰ ਲਗੇ, ਓਏ 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 ਖੋਭਣਾ ਜਾਈ ਭਰਾਵਾ, ਇਹ ਤੇਰੀ, ਬੱਲੇ 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 ਬਾਈ, ਅੱਗਾ ਜਾ ਚੱਕਦਾ ਇਹ, ਚੱਲ ਝੋਟਾ ਕਹਿੰਦੇ ਮੇਰੇ ਵੀਰੇ, ਓ ਇੱਥੇ ਰੱਖ, ਇੱਥੇ ਰੱਖ, ਕਹਿੰਦੇ ਜ਼ੋਰ ਤਾਂ ਮਾਰਦਾ ਬਾਈ, ਥੱਲੇ ਖੁੱਭਦੇ ਆ ਟਾਇਰ ਮਿੱਤਰੋ, ਆਲੂ ਆਲੂ ਨਾ ਖਰਾਬ ਕਰ ਲਗੇ ਆਪਾਂ, ਇੱਧਰੋਂ ਚੜਾਉਣਾ ਕਿੱਧਰੋਂ ਆ ਮਾਣ 'ਚੋਂ ਬਾਈ, ਉਹ ਪਰਲੇ ਪਾਸੇ ਆ ਯਾਰ, ਇੱਥੋਂ ਚੜ ਜੂ, ਜੇ ਇੱਥੋਂ ਚੜ ਗਿਆ ਮਿੱਤਰੋ ਫਿਰ ਚੜ ਜੂ ਯਾਰ, ਚੜ ਜੂ ਆਰਾਮ ਨਾਲ ਚੜ ਜੂ, ਇੱਥੋਂ ਤਾਂ ਚੜ ਜੂ ਟਰੈਕਟਰ, ਇੱਥੋਂ ਚੜ ਜੂਗਾ ਉੱਧਰ, ਫਿਰ ਜਾ ਕੇ ਟਰਾਲੀ ਵਿਹਲੀ ਕਰਦੇ ਹਾਂ, ਫਿਰ ਆਪਾਂ ਟਰੈਕਟਰ ਚੇਂਜ ਕਰਦੇ ਹਾਂ, ਹੈ ਕਿ ਨਹੀਂ, ਫਿਰ ਆਪਾਂ ਪਾਉਂਦੇ ਹਾਂ ਦੂਜਾ ਟਰੈਕਟਰ, ਉਹ ਬਾਈ 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 ਬਾਈ, ਬੈਕ ਕਰ, ਇੱਥੋਂ ਮੋੜ, ਇੱਥੇ ਰੱਖ ਬਾਈ, ਕਹਿੰਦਾ ਡਾਂਟ ਪੈਂਦਾ ਹੋਇਆ, ਇਹ ਮਾਂ ਮੜਦਾ ਝਾੜੀਆ ਜੇ ਬਾਈ, ਚੱਲ ਚੱਲ ਯਾਰ, ਬ੍ਰੇਕਾਂ ਦੇ ਵੀ ਨਹੀਂ ਮੁੜਦਾ ਪਿਆ ਮਿੱਤਰੋ, ਚੱਲ 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 ਮੇਰਾ ਬਾਈ, ਮੇਰਾ ਬਾਈ, ਨਾ ਨਾ ਨਾ, ਅੱਗਾ ਨਹੀਂ, ਅੱਗਾ ਨਹੀਂ ਬਾਈ, ਮੂਹਰੋਂ ਹਲਕਾ ਤਾਂ ਫਿਰ ਹੈ ਥੋੜ੍ਹਾ ਜਿਹਾ ਟਰੈਕਟਰ, ਹਲਕਾ ਤਾਂ ਹੈ, ਹੁਣ 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 ਮੁੜ ਜਾਣਾ ਚਾਹੀਦਾ, ਇਹ ਬਾਈ ਇੱਕ ਮੂਹਰੇ ਕੋਠੜੀ ਜੀ ਆ ਗਈ, ਗਲਤ ਥਾਂ ਉਹ ਨਹੀਂ ਚੜਾਈ ਜਾਂਦੇ ਆਪਾਂ ਯਾਰ, ਆ ਜਾਓ ਦੇਖੀ ਜਾਓ ਦੇਖੀ ਜਾਓ, ਬਾਈ ਕੀ ਹੋਈ ਜਾਂਦਾ ਵਾ, ਕੀ ਹੋਈ ਜਾਂਦਾ, ਇੱਕ ਮਿੰਟ ਬੈਕ ਹੀ ਕਰ, ਬੈਕ ਹੀ ਕਰ, ਇੱਥੋਂ ਐਂ ਟੇਢਾ ਹੀ ਚੱਲ, ਟੇਢਾ 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 ਚੱਲ, ਟੇਢਾ ਟੇਢਾ ਤੱਕਦੀ ਹੈ ਟਰਾਲੀਏ, ਇੱਥੇ ਰੱਖ ਬੱਲੇ ਤੇਰੇ, ਐਵੇਂ ਥੋੜੋ ਕਹਿੰਦੇ ਆ ਮਿੱਤਰੋ, ਐਵੇਂ ਥੋੜੋ ਕਹਿੰਦੇ ਇਹਨੂੰ 855-98 ਮਾਡਲ, ਉੱਤੋਂ ਟਰਬੋ ਟਰਬੋ ਲਾ ਕੇ ਜਮਾਂ ਨਵਾਂ ਟੱਚ ਦੇਤਾ ਹੋਵੇ, ਆਏ ਹਾਏ ਹਾਏ ਹਾਏ, ਪੱਟ ਲੈ ਨਾ ਮਿੱਤਰੋ ਟਰਾਲੀ, ਆਏ ਸਰਾ ਹੋ ਗਿਆ ਮਿੱਤਰੋ, ਆਹ ਦਿਲ ਖੁਸ਼ ਕਰਤਾ, ਆਹ ਮੇਰਾ ਪੁੱਤ, ਲੈ ਫਿਰ ਕਹਿੰਦੇ ਆ ਗਾਂ ਚੱਕ ਕੇ ਤਰੂ, ਹੁਣ ਫਿਰ ਬਾਈ ਯੂ ਆ ਹੈ ਨਹੀਂ, ਮਗਰ ਬੰਦੇ ਦੀ ਧੌਣ ਨਾ ਟੁੱਟ ਜੇ, ਖਾਲੇ 'ਚ, ਖਾਲੇ 'ਚ ਨਹੀਂ ਤਾਰਨਾ, ਉੱਥੋਂ ਵੀ ਮਿੱਤਰੋ ਤਾਂ ਚੜਾ ਕੇ ਮੋੜਨਾ ਪੈਣਾ ਆਪਾਂ ਨੂੰ ਥੋੜ੍ਹਾ ਜਿਹਾ, ਇੱਥੇ ਰੱਖ, ਕਿਆ ਬਾਤ ਹੈ, ਓਏ ਹੋਏ 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 ਹੋਏ, ਪਰਾਂ ਨੂੰ ਰੱਖ ਕੇ, ਪਰਾਂ ਨੂੰ ਰੱਖ ਕੇ ਥੋੜ੍ਹਾ ਜਿਹਾ, ਚੱਲ 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 ਚੱਲ, ਆਏ ਸਰਾ ਹੋਇਆ ਪਿਆ, ਕਹਿੰਦੇ ਮਾਹੌਲ ਮਿੱਤਰੋ, ਕਿਆ ਬਾਤ ਹੈ, ਕਰ ਦਈਏ ਟਰਾਲੀ ਵਿਹਲੀ, ਆਲੂ ਉਲੂ ਦੇ ਤਾਂ ਚੰਗੇ ਨਿਕਲੇ ਆਉਂਦੇ ਆ ਮਿੱਤਰੋ ਆਪਣੇ, ਬਾਕੀ ਛਾਂਡ ਛੂੰਡ ਕੇ ਪਤਾ ਲੱਗੂਗਾ ਵਿੱਚੋਂ, ਕੋਈ ਉਹ 'ਚ ਵੀ ਹੁੰਦੇ ਨਾ ਬਾਹਲੇ ਬਰੀਕ ਜਿਹੇ ਆਲੂ, ਉਹ ਫਿਰ ਬੀ ਵਾਸਤੇ ਰੱਖ ਲਾਂਗੇ, ਜਿਹੜੇ ਮੋਟੇ ਮੋਟੇ ਹੋਏ ਉਹਨਾਂ ਦਾ ਆਪਾਂ ਲਵਾਵਾਂਗੇ ਰੇਟ, ਚਾਚਾ ਜੀ ਦੇ ਆਪਾਂ ਮੰਡੀ ਬੋਰੀਆਂ ਭਰ ਕੇ ਮਾਂਟਾ 'ਚ ਚਗਰ ਚੂੰਡਾ ਕਰਾਵਾਂਗੇ, ਪੈਸੇ ਪਾਵਾਂਗੇ ਜੇਬ 'ਚ, ਹੈਗੇ ਨਹੀਂ, ਅਤੇ ਆਪਾਂ ਮਿੱਤਰੋ ਵੇਟ ਨਹੀਂ ਕਰਨੀ ਕਿ ਰੇਟ ਵਧੂਗਾ ਘਟੂਗਾ, ਆਪਾਂ ਤਾਂ ਚੱਕ ਦੇਣਾ ਕੰਮ, ਬਾਅਦ 'ਚ ਸਪਾਈਦਾ ਥੱਲੇ ਲਾਉਂਦੇ ਫਿਰਾਂਗੇ, ਫਿਰ ਆਪਾਂ ਨਾਲ ਗਾਣਾ ਲਾਉਣਾ ਪਊਗਾ, ਆਲੂ ਲਹਾ ਕੇ ਛਪਾਈਦੇ ਹਾਂ 'ਚ,
ਜੱਟ ਰੋਵੇ ਜੀਟੀ ਰੋਡ ਤੇ। ਸੀਰੀਅਸਲੀ ਬਾਈ, ਇਹ ਸੀਰੀਅਸ ਗੱਲ ਆ ਯਾਰ, ਆਲੂ ਵਾਲਾ ਸੱਚੀ ਧੱਕਾ ਹੋ ਜਾਂਦਾ ਕਈ ਵਾਰੀ ਆਲੂ ਵਾਲੇ ਨਾਲ ਵਿਚਾਰਿਆਂ ਦਾ। ਆਹ ਮਿੱਤਰੋ ਵਾਲਾ ਨੀ ਭਾਜਦਾ ਡਰਾਈਟਰ ਯਾਰ, ਇਹ ਆਹ ਪਤਾ ਨੀ ਅੱਜ ਮਿੱਤਰੋ ਕੀ ਹੋਈ ਜਾਂਦਾ, ਪਿੱਛਾ ਜਿਹਾ ਚੱਕਿਆ ਜਾਂਦਾ ਡਰਾਈਟਰ ਦਾ। ਅੱਜ ਮਿੱਤਰ ਕੋਈ ਗੇਮ ਦੇ ਵਿੱਚ ਕੋਈ ਆਪੋ ਅਪਡੇਟ ਆ ਗਈ ਹੋਊਗੀ, ਤਾਂ ਕਰਕੇ ਆ ਲਿਚ ਗੜਿਚੀਆਂ ਜਿਹੀਆਂ ਹੋਈ ਜਾਂਦੀਆਂ ਵਾ। ਚਲੋ ਕੋਈ ਨਾ, ਜ਼ੋਰ ਤਾਂ ਉਹਨਾਂ ਹੀ ਮਾਰਨਾ ਡਰਾਈਟਰ ਨੇ। ਇੱਥੇ ਰੱਖ ਬੱਲੇ ਤੇਰੇ, ਕਿਆ ਬਾਤ ਹੈ ਬਾਈ, ਕਿਆ ਬਾਤ ਹੈ। ਟਰਾਲੀ ਖਾਲੀ ਤਾਂ ਟਪਾਉਂਦਾ, ਭਰੀ ਦਾ ਪਤਾ ਲੱਗੂਗਾ ਬਾਈ ਭਰੀ ਵੇਲੇ ਕੀ ਕਹਿੰਦਾ ਵਾ, ਹੈ ਕਿ ਨਹੀਂ। ਇਹ ਇੱਥੇ ਲਾ ਦਈਏ ਮੈਂ ਕਹਿੰਦਾ ਮੋੜ ਕੇ, ਅਤੇ ਅੱਧੀ ਟਰਾਲੀ ਇਸ ਵਾਹਨ 'ਚ ਭਰੀ ਜਾਊ, ਅੱਧੀ ਉਸ 'ਚ ਭਰੀ ਜਾਊ, ਮਾਇਆ ਕਹਿੰਦਾ ਸਿਰਾ ਹੀ ਹੋ ਜਾਣਾ ਮੋਲ। ਉਹ ਵੀ ਮਿੱਤਰੋ ਆਹ ਵਾਹਣ ਦਾ ਵੀ ਨਿਬੜ ਗਿਆ ਕੰਮ, ਅਤੇ ਬਸ ਆਹੀ ਰਹਿ ਗਏ ਆਪਣੇ ਢਾਈ, ਪਤਾ ਨਹੀਂ 2 ਕਿੱਲੇ ਬਣਦੇ ਇਹ, 2-2.5 ਕਿੱਲੇ ਹੈਗੇ ਇਹ, ਠੀਕ ਹੈ ਜੀ। ਅਤੇ ਏਕੜਾਂ 'ਚ ਵੇਖਿਆ ਜਾਵੇ ਤਾਂ ਏਕੜਾ ਹੈਗਾ 3.5 ਪੌਣੇ ਤਿੰਨ ਕਿ 3.5 ਤਿੰਨ ਏਕੜ। ਸੋ 3 ਏਕੜ ਹੈ ਮਿੱਤਰੋ, ਅਤੇ ਕਹਿੰਦੇ ਦੇਖਦੇ ਹਾਂ ਇੱਥੇ ਕੀ ਬਣਦਾ ਬਾਈ। ਅਤੇ ਇੱਥੋਂ ਵੀ ਮੇਰੇ ਹਿਸਾਬ ਨਾਲ 2 ਟਰਾਲੀਆਂ ਦਾ ਡੇਢ ਜਾਂ 2 ਟਰਾਲੀਆਂ ਨਿਕਲੇ ਆਉਣਗੀਆਂ ਮਿੱਤਰੋ। ਅਤੇ ਕਹਿੰਦੇ ਕਿਆ ਬਾਤ ਹੈ, ਹੋ ਗਈ ਟਰਾਲੀ ਖਾਲੀ, ਹਜੇ ਭਰੀ ਜਾਂਦਾ। ਚੱਲ ਬਾਈ ਮਿੱਤਰਾ, ਲਓ ਵੀ ਮਿੱਤਰੋ ਚਲਾ ਦੀਆਂ ਮਸ਼ੀਨ ਵਾਲੇ ਵਾਹਨ 'ਚ ਵੀ ਆਪਾਂ। ਲਓ ਵੀ ਮਿੱਤਰੋ ਦੇਖੀ ਅੱਧੀ ਟਰਾਲੀ ਦਾ ਹੀ ਪਤਾ ਲੱਗ ਜਾਣਾ, ਜੇ ਇੱਥੇ ਕੀ ਜੀ ਕਰਨ ਲੱਗ ਗਿਆ ਨਾ ਫਿਰ ਔਖਾ ਹੋ ਜੂ। ਨਹੀਂ ਬਾਈ, ਚੌਥਾ ਮੀਡੀਅਮ ਪਾਇਆ, ਚੌਥਾ ਮੀਡੀਅਮ ਸਿੱਧਾ ਇੱਥੇ ਰੱਖ ਬਾਈ, ਕਿਆ ਬਾਤ ਹੈ। ਇਹ ਤੀਜਾ ਕਰ ਲਿਆ ਬਾਈ, ਤੀਜਾ ਮੋੜ ਆਉਣਾ, ਫਿਰ ਮੋੜ 'ਚ ਤਾਂ ਦਬੂਗਾ ਹੀ ਬਾਈ, ਮੋੜ ਦੇ ਸਮੇਂ ਤਾਂ ਦਬੂਗਾ ਹੀ। ਭਾਈ ਚੜ੍ਹ ਜੂ, ਭਾਈ ਤਾਂ ਚੜ੍ਹ ਜੂ ਯਾਰ, ਸਹੀ ਮੈਨੇ ਟਰਾਲੀ ਹੈਗੀ ਆਪਣੀ 56%। ਆਹ ਇੱਥੇ ਰੱਖ ਬਾਈ, ਪਰਵਾਹ ਹੀ ਕੋਈ ਨਹੀਂ, ਕਹਿੰਦਾ ਟਰਾਲੀ ਨੂੰ ਪਲਟਾ ਕੇ ਮਾਰੂ ਪਰਾਂ ਪਾਸੇ ਹੋ ਜਾਓ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ। ਲਓ ਵੀ ਮਿੱਤਰੋ ਆਲੇ ਵਾਹਣ ਦੇ ਕੰਮ ਵਿੱਚ ਵੀ ਕੰਮ ਨਿਬੜ ਗਿਆ, ਵੀਡੀਓ ਜ਼ਿਆਦਾ ਲੰਬੀ ਹੁੰਦੀ ਪਈ ਸੀ ਤਾਂ ਕਰਕੇ ਮੈਂ ਵੀਡੀਓ ਥੋੜ੍ਹੀ ਕੱਟ ਕਰਤੀ। ਮੈਂ ਵੀ ਚੁੱਪ ਚਪੀਤੇ 'ਚ ਬਹਿ ਕੇ ਫਿਰ ਮੇਰੇ 'ਚ ਐਨਰਜੀ ਜੀ ਮੁੱਕ ਗਈ ਮਿੱਤਰੋ, ਹੁਣ ਬਹੁਤ ਟਾਈਮ ਹੋ ਗਿਆ ਢਿੱਡ ਦੁੱਖਣ ਲੱਗ ਗਿਆ ਬੈਠੇ ਬੈਠੇ ਦਾ। ਅਤੇ ਕਹਿੰਦੇ ਇੱਧਰੋਂ ਆਪਣੀ ਇੱਕ ਮਿੱਤਰੋ ਪੌਣੀ ਜੀ ਟਰਾਲੀ 70% ਵਾਲੀ ਮੈਂ ਪਹਿਲਾਂ ਲਾਇਆ ਆਇਆ ਸੀ, ਅਤੇ ਆਹ ਟਰਾਲੀ ਵੀ ਫੁੱਲ ਹੋਜੂ, ਅਤੇ ਮਸ਼ੀਨ ਦੇ ਵਿੱਚ ਵੀ ਮੇਰੇ ਹਿਸਾਬ ਨਾਲ 20% ਆਲੂ ਬਚ ਜਾਣਗੇ। ਇਹ 37% ਬਚ ਗਏ ਬਾਈ, ਕਿਆ ਬਾਤ ਹੈ ਕਿਆ ਬਾਤ ਹੈ। ਇਹਨੂੰ ਮਸ਼ੀਨ ਨੂੰ ਕਿਹਾ ਇੱਥੇ ਹੀ ਲਾ ਲਈਏ, ਅਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਟਰਾਲਾ ਕਿਹੜਾ। ਆਏ ਹਾਏ ਹਾਏ ਹਾਏ, ਕਿਆ ਬਾਤ ਹੈ, ਦੇਖਦੇ ਹਾਂ ਬਾਈ ਕੀ ਕਹਿੰਦਾ 855 ਜ਼ੋਰ ਵਾਲੇ ਮਾਮਲੇ 'ਚ, ਕਿੱਥੋਂ ਚੜੂ ਕਿੱਧਰੋਂ ਟਰਾਲੀ। ਇਹ ਆਪਣੀ ਟਰਾਲੀ ਚੜੂ ਹੈਗੂ ਬਾਈ, ਹੈਗੂ ਉਧਰੋਂ ਚੜੂ ਹੈਗੂ। ਚੱਲ ਤੁਰਪਾ ਮੇਰਾ ਬਾਈ, ਖੁੱਬ ਬਣਾ ਜਾਈ, ਜੇ ਖੁੱਬ ਕਹਿਣਾ ਮਿੱਤਰੋ, ਕਿਉਂਕਿ ਟਾਇਰ ਜੇ ਤਾਂ ਬਹਿੰਦੇ ਆ ਥੱਲੇ, ਠੀਕ ਹੈ ਜੀ। ਇਹ ਉਹ ਤੇਰੀ ਅੱਗਾ ਝੱਕਦਾ ਬਾਈ, ਓਏ ਟਾਇਰ ਜੇ ਤਾਂ ਬਹਿੰਦੇ ਆ ਥੱਲੇ, ਪਰ ਕਹਿੰਦੇ ਜ਼ੋਰ ਜਿਹਾ ਮਾਰਦਾ ਪਿਆ। ਬੱਲੇ ਜੱਟਾ, ਇੱਥੋਂ ਚੜਾਉਣੀ ਆ, ਅਤੇ ਇੱਥੋਂ ਚੜ੍ਹਾ ਕੇ ਟਰਾਲੀ ਮੋੜਨੀ ਵੀ ਆ, ਅੱਗਾ ਚੱਕੂ ਟਰੈਕਟਰ ਮਿੱਤਰੋ, ਮੋੜਨੀ ਟਰਾਲੀ, ਇੱਥੋਂ ਵੀ ਔਖੀ ਹੋਊਗੀ। ਪਹਿਲਾਂ ਵੀ ਬਹੁਤ ਔਖੀ ਮੁੜੀ ਆਪਾਂ ਟਰਾਲੀ, ਅਤੇ ਹੁਣ ਵੀ ਮੈਂ ਕਹਿੰਦਾ ਔਖੀ ਮੁੜੂਗੀ। ਚੱਲ ਏ ਭਾਈ, ਉਹ ਮਰ ਗਈ ਸੀ ਵਿਚਾਰੀ, ਇਹਨਾਂ ਨੂੰ ਮਿੱਤਰੋ ਕੁਛ ਨਹੀਂ ਹੁੰਦਾ। ਇਹ ਚੱਲ ਓਟਾ ਲੱਗ ਜਾਣਾ ਯਾਰ ਉੱਥੋਂ। ਇਹ ਆ ਤੇਰੀ, ਇਹ ਥੋੜ੍ਹਾ ਜਿਹਾ ਭਾਰਾ ਨਾ ਮਿੱਤਰੋ, ਇਹ ਉਹਦੇ ਨਾਲੋਂ ਭਾਰਾ ਆਪਣੇ 98 ਮਾਡਲ ਨਾਲੋਂ, ਪਰ ਅੱਗਾ ਇਹ ਉਹ ਮਤਲਬ ਆਏ ਅੱਗਾ ਬਾਈ, ਅੱਗਾ ਚੱਕ ਗਿਆ ਅਤੇ ਮੁੜਿਆ ਨਹੀਂ ਬਾਈ। ਇੱਥੋਂ ਚੜ੍ਹ ਜੂ, ਚੜ੍ਹ ਜੀ ਬਾਈ ਬਣ ਕੇ, ਹੈ ਬਾਈ ਬਣ ਕੇ ਚੜ੍ਹ ਜੀ, ਬਾਈ ਬਣ ਕੇ ਚੜ੍ਹ ਜੀ। ਇਹ ਬਾਈ ਇਹ ਨਾ ਬ੍ਰੇਕਾਂ ਵਾਲਾ ਸਿਸਟਮ ਪਤਾ ਨਹੀਂ ਕਦੋਂ ਆਊਗਾ ਗੇਮ ਦੇ ਵਿੱਚ, ਫਿਰ ਜਾ ਕੇ ਗੱਲ ਬਣਨੀ ਆ ਬਾਈ ਯਾਰ। ਚੱਲ ਹਾਏ ਓਏ ਮਿੱਤਰੋ, ਮੈਂ ਕਹਿੰਦਾ ਆਈ ਵਾਹਣ ਦੇ ਵਿੱਚੋਂ ਲੈ ਚੱਲ ਗਏ ਕਿ ਨਹੀਂ, ਉਹ ਵੱਟ ਨਹੀਂ ਟੱਪਣਾ ਮਿੱਤਰੋ, ਉੱਥੋਂ ਵੱਟ ਨਹੀਂ ਟੱਪਣਾ ਇਹਨੇ ਬਾਈ, ਉੱਥੋਂ ਦੀ ਹੀ ਲਿਜਾਣਾ ਪਊਗਾ। ਹੁਣ ਬਚਾ ਬਚਾ ਕੇ ਚੜਾਉਂਦੇ ਨਾ, ਹੌਲੀ 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 ਹੌਲੀ, ਉਹ ਮਿੱਠ ਗਏ। ਕਿਆ ਅਰੇ 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 ਬਾਈ 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 ਅਰੇ ਬਾਈ 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 ਚੱਲ 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 ਓਏ 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 ਹੌਲੀ ਮੇਰੀ ਜਾਨ, ਹੌਲੀ ਹੌਲੀ
ਨਹੀਂ ਬਾਈ ਵਾਣੋ ਵਾਣੀ ਲੈ ਚੱਲੀਏ ਬਾਈ, ਪਈ ਚੜ੍ਹਦਾ ਪਈ ਉੱਤਰ ਜਾਂਦਾ, ਪਈ ਚੜ੍ਹਦਾ ਪਈ ਉੱਤਰ ਜਾਂਦਾ, ਕੀ ਚੱਕਰ ਹੈ ਬਾਈ? ਇਹ ਟਰਾਲੀ ਨਾ ਪਲਟਾ ਲਈਏ, ਮਤਲਬ ਜੇ ਟਰਾਲੀ ਪਲਟ ਗਈ ਨਾ ਫਿਰ ਬਹੁਤ ਸਿਆਪਾ ਪਊਗਾ, ਕਿਉਂਕਿ ਫਿਰ ਆਪਣੇ ਤੋਂ ਆਲੂ ਵੀ ਨਹੀਂ ਚੁੱਕੇ ਜਾਣੇ, ਫਿਰ ਆਪਾਂ ਨੂੰ ਉਨੇ ਬੰਦੇ ਹੀ ਲਿਆਉਣੇ ਪੈਣੇ ਜਿੰਨੇ ਆਪਾਂ ਵੱਡੀ ਮਸ਼ੀਨ ਲਿਆ ਕੇ ਬਚਾਏ ਸੀ ਪੈਸੇ। ਚੱਲ 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 ਬਾਈ, ਮੇਰਾ ਭਰਾ ਮੇਰਾ ਭਰਾ, ਹੌਲੀ 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 ਹੌਲੀ, ਛੋਟਾ ਗੇਅਰ ਰੱਖ ਛੋਟਾ ਗੇਅਰ ਰੱਖ ਛੋਟਾ ਗੇਅਰ ਰੱਖ, ਆ ਇਹ ਇਹ ਬਣ ਗਈ ਗੱਲ ਬਣ ਗਈ ਗੱਲ, ਬਸ ਬਸ ਬਣ ਗਈ 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 ਬਣ ਗਈ, ਟੈਂਸ਼ਨ ਨਾ ਨਾ ਮੇਰੀ ਜਾਨ, ਹੌਲੀ 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 ਹੌਲੀ। ਯਾਰ ਇਹ ਟਰੈਕਟਰ ਦੇ ਤਾਂ ਬਾਈ ਆਲੂ ਮੂਹਰੇ ਨੂੰ ਕਰਕੇ ਪਾ ਤੇ ਨਾ, ਉਹਦੇ ਸੈਂਟਰ 'ਚ ਸੀਗੇ ਮੂਹਰੋਂ ਢੇਰੀ ਜੀ ਜਿਹੜੀ ਲੱਗਣੀ ਸੀ ਉਹ ਮੂਹਰੇ ਲਾਤੀ ਬਾਈ, ਖਾਲੇ 'ਚ ਖਾਲੇ 'ਚ ਨਹੀਂ ਖਾਲੇ 'ਚ ਨਹੀਂ ਬਾਈ, ਇੱਧਰੋਂ ਤਾਰ ਹੀ ਲੈ ਵਾਣ 'ਚ, ਇੱਧਰ ਤਾਰ ਹੀ ਲੈ ਯਾਰ ਬਾਈ, ਹੁਣ ਮੈਂ ਲੋਕ ਕਿੱਥੋਂ ਲਾਉਣਾ ਯਾਰ। ਚੱਲ ਚੱਲ ਮੇਰਾ ਭਰਾ, ਚੱਲ 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 ਵਾਣ ਵਿੱਚ, ਹੋ ਚੱਲ ਹੋ ਚੱਲ ਹੋ ਚੱਲ ਹੋ ਚੱਲ, ਆਈ ਪਰਫੋਰਮੈਂਸ ਤਾਂ ਇਹਨੇ ਵੀ ਦਬਿਆ ਨਹੀਂ ਮਿੱਤਰੋ, ਦਬਿਆ ਨਹੀਂ ਟਰੈਕਟਰ ਤੋਂ, ਇਹ ਵੇਖੋ ਟਰੈਕਟਰ ਜੇ ਦਬ ਜੇ ਨਾ ਫਿਰ ਕਹੀਏ ਕਿ ਆਪਾਂ ਬਈ ਟਰੈਕਟਰ ਮਾਣਾ, ਜਿੰਨਾ ਟਾਈਮ ਟਰੈਕਟਰ ਜ਼ੋਰ ਮਾਰੀ ਜਾਂਦਾ ਨਾ ਆਰ ਪੀ ਐਮ ਨਹੀਂ ਤੋੜਦਾ ਉਹੀ ਜਾਂਦੀ ਹੈ ਨਾ, ਉਨਾ ਟਾਈਮ ਝੋਟਾ ਹੀ ਆ, ਇੱਥੇ ਆ ਕੇ ਵੀ ਅੱਗਾ ਝਾਕਦੇ ਆ, ਪੱਕੇ ਥਾਂ 'ਤੇ ਚੜ੍ਹਦੇ ਨਾ ਫਿਰ ਥੋੜ੍ਹੇ ਜੇ। ਇਹ ਬੈਕਰ ਹੈਪੀਆ ਲੈ ਬਈ ਮਿੱਤਰੋ, ਇਹ ਉਹ ਤੇਰੀ, ਚੱਲ 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 ਚੱਲ, ਆ ਚੱਕੋ ਬਈ ਮਿੱਤਰੋ, ਕਹਿੰਦੇ ਹੁਣ ਟਾਇਰ ਜਾਊਗਾ ਇਹਦਾ ਥੱਲੇ ਭੋਰਾ ਨੂੰ, ਕਵਿਤਾ ਜਿਹੜੂ ਚੱਕੀ ਖੜਾ। ਸੋ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ, ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਅੱਜ ਵਾਲੀ ਵੀਡੀਓ ਪਿਓਰ ਫਾਰਮਿੰਗ ਸੀ ਮਿੱਤਰੋ, ਪਿਓਰ ਆਪਾਂ ਪੂਰੀ ਐਂ ਫਾਰਮਿੰਗ ਕੀਤੀ ਹੈ, 46 ਮਿੰਟ ਦੀ ਕੀ ਕਹਿੰਦੇ ਹੁੰਦੇ ਆ ਇਹ ਇੱਧਰ ਰਿਕਾਰਡਿੰਗ ਆ, ਅਤੇ ਇੱਕ ਹੋਰ ਸੀ ਰਿਕਾਰਡਿੰਗ 46 ਮਿੰਟ ਦੀ, 2 ਰਿਕਾਰਡਿੰਗ ਆ, ਹੁਣ ਇਹਨਾਂ ਦੇ ਵਿੱਚੋਂ ਇੱਕ 15 ਮਿੰਟ ਦੀ ਵੀਡੀਓ ਕੱਢ ਕੇ ਤੁਹਾਨੂੰ ਦਿਖਾਵਾਂਗੇ, ਠੀਕ ਆ ਜੀ, ਅਤੇ ਲਾਈਕ ਸ਼ੇਅਰ ਸਬਸਕ੍ਰਾਈਬ, ਠੀਕ ਹੈ ਜੀ। ਅਗਲੀ ਵੀਡੀਓ ਦੇ ਵਿੱਚ ਕਣਕ ਦੀ ਵਾਰੀ ਆ ਜਾਣੀ ਹੈ, ਮੈਂ ਕਹਿੰਦਾ ਇਹ ਡਾਟ ਪੈਂਦਾ ਰਹਿਣਾ ਟਰੈਕਟਰਾਂ ਦਾ। ਚਲੋ ਮਿੱਤਰੋ ਬਾਏ, ਮਿਲਦੇ ਹਾਂ, ਬਾਏ ਬਾਏ। ਮੁੰਡੇ ਸਿਰ ਨੀ ਝੁਕਾਉਂਦੇ ਮਾਰਨਾ ਮਨਜੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ, ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਕਹਿਲੀ, ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।